ਠਾਠ ਵਾਲੇ ਬਾਬਾ ਜੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਨਾਨਕਸਰ ਠਾਠ ਚਰਨਕੜ ਸਾਹਿਬ ਵਾਲੇ 2 ਸਾਲ ਤੋਂ ਬਾਬਾ ਜੀ ਸਾਡੀ ਗੱਲਬਾਤ ਸੀ। ਅਤੇ ਵੀਰ ਜੀ ਮੈਂ ਅੰਮ੍ਰਿਤਪਾਲ ਵੀਰ ਜੀ ਮੈਰੋ ਨੂੰ ਰਿਕੁਐਸਟ ਕਰਦੀ ਹਾਂ ਕਿ ਇਹਨਾਂ ਨੇ ਪਹਿਲਾਂ ਮੈਨੂੰ ਕਿਹਾ ਸੀ, ਕਹਿੰਦੇ ਵੀ ਆਪਾਂ ਵਿਆਹ ਕਰਵਾਵਾਂਗੇ, ਵੀ ਸਾਡੇ ਨਾਲ ਫਿਰ ਤੁਸੀਂ ਰਿਲੇਸ਼ਨਸ਼ਿਪ ਦੇ ਵਿੱਚ ਆਇਓ, ਵੀ ਮੇਰੇ 2 ਬੱਚੇ ਆ, ਮੇਰੀ ਮੈਰਿਜ ਹੋਈ ਹੋਈ ਆ, ਅਤੇ ਇਹ ਮੈਨੂੰ ਕਹਿਣ ਲੱਗ ਗਏ ਵੀ ਤੁਹਾਨੂੰ ਮਨਜ਼ੂਰ ਆ ਸਾਰਾ ਕੁਛ। ਮੈਂ ਇਹਨਾਂ ਨੂੰ ਕਹਿਤਾ ਵੀ ਹਾਂਜੀ ਸਾਨੂੰ ਸਭ ਕੁਛ ਮਨਜ਼ੂਰ ਆ। ਅਤੇ ਬਟ ਫਿਰ ਉਸ ਤੋਂ ਬਾਅਦ ਬਾਬਾ ਜੀ ਵੀਰ ਜੀ ਜਦੋਂ ਹੁਣ ਵਿਆਹ ਦੀ ਵਾਰੀ ਆਈ ਅਤੇ ਕਹਿੰਦੇ ਵੀ ਮੈਂ ਤਾਂ ਮੈਰਿਡ ਹਾਂ, ਮੇਰੇ 2 ਬੱਚੇ ਆ, ਮੈਂ ਤਾਂ ਵਿਆਹ ਕਰਵਾ ਹੀ ਨਹੀਂ ਸਕਦਾ, ਇਹਨਾਂ ਨੇ ਮੈਨੂੰ ਇੰਨਾ ਕਹਿ ਕੇ ਮੈਨੂੰ ਬਲੌਕ ਕਰਤਾ ਜੀ। ਉਹ ਆਪਣੇ ਜਿਹੜੇ ਇੱਥੇ ਠਾਠ ਅਤੇ ਬਾਬਾ ਜੀ ਨੇ ਨਾ, ਬਾਬਾ ਬਲਜਿੰਦਰ ਸਿੰਘ ਜੀ, ਉਹਨਾਂ ਨਾਲ ਵੀਰ ਜੀ 2 ਸਾਲ ਤੋਂ ਮਤਲਬ ਸਾਡੀ ਗੱਲਬਾਤ ਚੱਲਦੀ ਸੀ। ਅਤੇ ਉਸ ਤੋਂ ਬਾਅਦ ਵੀਰ ਜੀ ਮੈਨੂੰ ਕਹਿਣ ਲੱਗ ਗਏ ਵੀ ਸਾਡੇ ਨਾਲ ਤੁਸੀਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਆ ਜਾਓ, ਅਤੇ ਵੀ ਇੱਦਾਂ ਕਰਕੇ ਵੀ ਆਪਾਂ ਵਿਆਹ ਵੀ ਕਰਵਾਵਾਂਗੇ, ਵੀ ਪੂਰੀ ਲਾਈਫ ਆਪਾਂ ਇਕੱਠੇ ਰਹਾਂਗੇ। ਅਤੇ ਉਸ ਤੋਂ ਬਾਅਦ ਵੀਰ ਜੀ ਨਾਲ ਤਾਂ ਉਹਨਾਂ ਨੇ ਹੁਣ ਮੈਨੂੰ ਬਲੌਕ ਕੀਤਾ ਹੋਇਆ ਵਾ, ਮੇਰੇ ਨਾਲ ਗੱਲ ਨਹੀਂ ਕਰਦੇ। ਕਿੱਥੇ ਹੁੰਦੇ ਸੀਗੇ? ਮਿਲਦੇ ਵੀਰ ਜੀ ਅਸੀਂ 2-3 ਵਾਰੀ ਹੋਟਲ 'ਚ ਗਏ ਹਾਂ, ਅਤੇ ਬਾਅਦ ਵਿੱਚ ਵੀਰ ਜੀ ਅਸੀਂ ਇੱਥੇ ਆਪਣੇ ਭੋਰਾ ਸਾਹਿਬ ਬਣਿਆ ਹੋਇਆ ਅੱਗੇ ਦੀ ਅੱਗੇ ਜਾ ਕੇ ਰੂਮ ਬਣਿਆ ਹੋਇਆ, ਉੱਥੇ ਮਿਲਦੇ ਜਿਹੜਾ ਇੱਥੇ ਆਪਣੇ ਨਹਿਰ ਪੁਲ ਅਖਾੜੇ ਨਹਿਰ ਪੁਲ 'ਤੇ ਆ, ਚਰਨ ਘਾਟ ਗੁਰਦੁਆਰਾ। ਹਾਂਜੀ ਹਾਂਜੀ ਵੀਰ ਜੀ, ਜਿਹੜਾ ਚਰਨ ਘਾਟ ਗੁਰਦੁਆਰਾ, ਉੱਥੇ ਮਿਲਦੇ ਹੁੰਦੇ ਸੀ। ਤੇ ਹਾਂਜੀ, ਕਿੰਨੇ ਘਰ ਤੁਸੀਂ ਭੋਰੇ ਦੇ ਵਿੱਚ ਉੱਥੇ ਰਾਤ ਰਹੇ ਆ ਜਾਂ ਮਿਲੇ ਆ? ਅਸੀਂ ਵੀਰ ਜੀ ਕਾਫੀ ਬਹੁਤ ਟਾਈਮ ਮਿਲੇ ਆ, ਜਣੀ ਦੀ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਵੀ ਕਿੰਨਾ ਟਾਈਮ ਮਿਲਿਆ। ਜੋ ਜੀ ਕਹਿੰਦੇ ਫੋਨ ਤੇ 40-50 ਹਜ਼ਾਰ ਤੁਸੀਂ ਉੱਥੇ ਦੇ ਦਿੱਤੇ? ਹਾਂਜੀ ਹਾਂਜੀ ਮਿਲੇ ਆ। ਉੱਥੇ ਹੋਰ ਵੀ ਕੁੜੀਆਂ ਆਉਂਦੀਆਂ ਉੱਥੇ ਇਹਨਾਂ ਕੋਲੇ? ਹੋ ਸਕਦਾ ਵੀਰ ਜੀ ਆਉਂਦੀਆਂ ਹੋਣ, ਵੀ ਜਦੋਂ ਮੈਂ ਇਹਨਾਂ ਨੂੰ ਸਮਝਾਇਆ ਵੀ ਸੀਗਾ ਵੀ ਮੇਰੇ ਹੁੰਦੇ 2 ਕੁੜੀਆਂ ਆਉਂਦੀਆਂ ਸੀ, ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਹ ਤੁਹਾਡੇ ਤੇ ਗਲਤ ਨਿਗਾਹ ਰੱਖਦੀਆਂ, ਇਹਨਾਂ ਨੇ ਮੇਰੀ ਗੱਲ ਨੂੰ ਇਗਨੋਰ ਕਰਤਾ, ਤੇ ਉਦੋਂ ਇਹ ਮੇਰੇ ਨਾਲ ਗੁੱਸੇ ਹੋਣ ਲੱਗ ਗਏ। ਹੁਣ ਤੁਹਾਨੂੰ ਉਹ ਰਾਤ ਦਾ ਧਮਕੀਆਂ ਦਵਾਉਂਦਾ ਫੋਨ ਕਰ ਬੰਦੇ ਭੇਜਦਾ ਤੁਹਾਡੇ ਉੱਤੇ? ਹਾਂਜੀ ਹਾਂਜੀ ਫੋਨ ਕਰਦੇ ਆ, ਬਹੁਤ ਕਾਫੀ ਫੋਨ ਆਇਆ ਮੇਰੀ ਗੱਲ ਕਰਾਓ, ਉਹਦੇ ਨਾਲ ਮੇਰੀ ਗੱਲ ਕਰਾਓ, ਚਰਨ ਘਾਟ ਵਾਲਾ ਜਗਰਾਓ ਤੋਂ ਉਹ ਜਿਹੜਾ ਕੇਸ ਇਸ 20 ਦਿਨ ਪਹਿਲੋਂ 1 ਸਤੰਬਰ ਨੂੰ ਹੁੰਦਾ ਵਾ, ਉਹ ਸੰਬੰਧ ਦੇ ਵਿੱਚ ਅਸੀਂ ਜੋ ਕੁਛ ਜਾਣਕਾਰੀਆਂ ਵੀ ਇਹ 20 ਦਿਨ ਦੇ ਵਿੱਚ ਕੀ ਚੱਲਿਆ, ਬਾਬੇ ਦੇ ਉੱਤੇ ਬਲਾਤਕਾਰ ਦਾ ਦੋਸ਼ ਲੱਗਣਾ, ਕੇਸ ਦਰਜ ਹੋ ਕੇ ਉਹਦਾ ਜੇਲ੍ਹ ਜਾਣਾ, ਅਤੇ ਫਿਰ 10 ਦਿਨਾਂ ਦੇ ਵਿੱਚ ਬਾਬੇ ਦਾ ਕੇਸ ਕਿਵੇਂ ਉਹਨਾਂ ਨੇ ਰਿਜੈਕਟ ਕਰਵਾਉਣ ਦੀ ਕੋਸ਼ਿਸ਼ ਕੀਤੀ ਆ DSP ਜਸਜੋਤ ਸਿੰਘ ਨੇ, ਕਿਵੇਂ ਉਹ ਗੱਲਬਾਤ ਕੀਤੀ ਹੈ ਅਤੇ ਕਿਵੇਂ ਸਾਨੂੰ ਧਮਕੀਆਂ ਆਈਆਂ, ਉਸ ਸੰਬੰਧ ਦੇ ਵਿੱਚ 20 ਦਿਨ ਬਾਅਦ ਫਿਰ ਇੱਕ ਰੇਪ ਦਾ ਪਰਚਾ ਬਾਬੇ 'ਤੇ ਹੋ ਜਾਣਾ, ਅਤੇ ਫਿਰ ਸਾਨੂੰ ਫੋਨ ਆਉਣੇ ਧਮਕੀ ਮਾਰਨ ਦੇ, ਅਤੇ ਉਸ ਸੰਬੰਧ ਦੇ ਵਿੱਚ ਅਸੀਂ ਜਿਹੜੀ ਜਾਣਕਾਰੀ ਦੇਣਾ ਚਾਹੁੰਦੇ ਹਾਂ। ਇਹ ਜੋ ਗੱਲ ਹੈਗੀ ਆ ਧਮਕੀਆਂ ਦੁਬਾਰਾ, ਇੱਕ ਤਾਂ ਬਾਬਾ ਵੀ ਆ, ਬਾਬੇ ਦੇ ਸਮਰਥਕ ਆ, ਉਹਨਾਂ ਨੇ ਬਾਹਰਲੇ ਬਾਬੇ ਦਾ ਨਾਮ ਬਲਜਿੰਦਰ ਸਿੰਘ ਆ, ਚਰਨ ਘਾਟ ਅਖਾੜੇ ਵਾਲੀ ਨਹਿਰ 'ਤੇ ਜਿਹੜਾ ਜਗਰਾਓਂ ਤੋਂ ਰਾਏਕੋਟ ਨੂੰ ਜਾਂਦੇ ਰਾਹ 'ਤੇ ਡੇਰਾ, ਅਤੇ ਉਹ ਆ, ਅਤੇ ਉਹਦੇ ਨਾਲ ਰਲੇ ਹੋਏ ਮੁਖੀ ਆ, ਉਹ ਮੌਜੂਦਾ ਸਿਟੀ ਜਗਰਾਓਂ ਤੋਂ DSP ਆ ਜਸਜੋਤ ਸਿੰਘ, ਉਹਨਾਂ ਨੇ ਡਾਇਰੈਕਟ ਆਪਦੇ ਫੋਨ ਤੋਂ ਨਹੀਂ, ਪਰ ਉਹਦੇ ਸਮਰਥਕ ਸਾਨੂੰ ਦੇ ਰਹੇ ਆ, ਉਹਨਾਂ ਦਾ ਨਾਂ ਲੈ ਕੇ ਕਹਿ ਰਹੇ ਆ ਸਾਨੂੰ, ਸਾਡੇ ਕੋਲ ਪ੍ਰੂਫ ਨਹੀਂ। ਨਹੀਂ ਉਹ ਕੁਛ ਵੀ ਸਾਹਮਣੇ ਨਹੀਂ ਆਏ, ਡੇਰਾਵਾਦ ਦੇ ਜਿੰਨੇ ਬਾਬੇ ਨੇ ਉਹ ਸਾਹਮਣੇ ਨਹੀਂ ਆਏ, SGPC ਵਾਲਿਆਂ ਦਾ ਵੀ ਕੋਈ ਰੋਲ ਸਾਹਮਣੇ ਨਹੀਂ ਆਇਆ ਗਾ, ਪਰ ਇਹਨਾਂ ਦੇ ਵਿੱਚ ਇੱਕ ਬਾਬੇ ਦਾ ਸਮਰਥਕ ਹੈਗਾ ਕੁਲਵੰਤ ਸਿੰਘ ਸੋਤਾ, ਉਹਦਾ ਨਾਮ ਆ, ਕੋਈ ਪੱਤਰਕਾਰ ਹੋਊਗਾ ਉੱਥੋਂ ਜਗਰਾਓਂ ਤੋਂ, ਉਹ ਸਾਰੀ ਖੇਡ ਖੇਡ ਰਿਹਾ ਹੈ। ਅਸਲ ਦੇ ਵਿੱਚ ਗੱਲ ਇਉਂ ਆ ਵੀ ਅਸੀਂ ਤੁਹਾਨੂੰ 3 ਵੀਡੀਓ ਦੇਵਾਂਗੇ ਇੱਕ ਲੜਕੀ ਦੀਆਂ,
ਜਿੱਥੋਂ ਕਹਾਣੀ ਸ਼ੁਰੂ ਹੁੰਦੀ ਆ ਅਸੀਂ ਛੇਤੀ ਕਹਾਣੀ ਤੁਹਾਨੂੰ ਦੱਸ ਦਿੰਦੇ ਹਾਂ, ਤੁਹਾਡੇ ਜਿਹੜੀ ਹੈਗੀ ਸਮਝ ਆ ਜੂਗੀ। 31 ਤਰੀਕ 8ਵੇਂ ਮਹੀਨੇ ਦੀ ਨੂੰ ਇੱਕ ਲੜਕੀ ਮਹਿਰੋ ਪਿੰਡ ਵਿੱਚ ਜਾਂਦੀ ਆ ਮੇਰੇ ਘਰੇ, ਨੋਵਾ ਗੱਡੀ 'ਤੇ ਆਉਂਦੀ ਆ, ਮਾਤਾ ਜੀ ਹੁਣੀ ਬਾਰ ਖੋਲ੍ਹਦੇ, ਮੰਮੀ ਜੀ ਹੁਣੀ ਘਰੇ ਹੁੰਦੇ, ਇਕੱਲੇ ਹੁੰਦੇ, ਨਾਲ ਇੱਕ ਲੜਕੀ ਅਤੇ ਨਾਲ ਇੱਕ ਡਰਾਈਵਰ ਹੁੰਦਾ ਅਤੇ ਉਹ ਐਂਟਰ ਹੁੰਦੇ ਆ, ਜਿਹਦੀਆਂ CCTV ਰਿਕਾਰਡਿੰਗ ਅਸੀਂ ਤੁਹਾਨੂੰ ਦੇ ਦੇਵਾਂਗੇ, ਤੁਸੀਂ ਵੀਡੀਓ ਦੇ ਵਿੱਚ ਉਹ ਚਲਾਉਣੀਆਂ। ਰਮਨਦੀਪ ਕੌਰ ਨਾਮ ਆ, ਜਗਰਾਉਂ ਸ਼ਹਿਰ ਦੀ ਰਹਿਣ ਵਾਲੀ ਆ, ਉਹ ਮਾਤਾ ਜੀ ਕੋਲ ਆਉਂਦੀ ਹੈ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਦੀ ਹੈ ਵੀ ਮੇਰੇ ਨਾਲ 2 ਸਾਲ ਤੋਂ ਜਬਰ ਜਨਾਹ ਹੋ ਰਿਹਾ ਸੀਗਾ ਧੱਕੇ ਨਾਲ, ਅਤੇ ਹੁਣ ਉਹ ਬੰਦਿਆਂ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਹੈ ਅਤੇ ਮੈਂ ਚਾਹੁੰਦੀ ਹਾਂ ਵੀ ਅੰਮ੍ਰਿਤਪਾਲ ਸਿੰਘ ਮਹਿਰੋ ਮੇਰੀ ਮਦਦ ਕਰੇ। ਮੈਂ ਉਹਨਾਂ ਕੋਲ ਨਹੀਂ ਗਿਆ, ਉਹ ਸਾਡੇ ਘਰ ਆਏ, ਉਹ ਵੀ ਸਾਡੀ ਗੈਰ ਹਾਜ਼ਰੀ ਦੇ ਵਿੱਚ। ਮਾਤਾ ਜੀ ਹੁਣਾਂ ਦਾ ਘਰੋਂ ਮੈਸੇਜ ਮਿਲਦਾ ਵੀ ਪੁੱਤ ਵੀ ਜਿੱਥੇ ਤੁਸੀਂ ਇੰਨੇ ਕਾਰਜ ਕਰਦੇ ਹਾਂ ਉੱਥੇ ਇੱਕ ਲੜਕੀ ਦਾ ਘਰ ਹੋਰ ਵਸਾ ਦਿੱਤਾ ਜਾਵੇ। ਅਸੀਂ ਕਹਿੰਦੇ ਕੋਈ ਨਾ ਮਾਤਾ ਜੀ, ਜੇ ਤੁਹਾਡਾ ਹੁਕਮ ਆ ਤਾਂ ਅਸੀਂ ਅੱਜ ਹੀ ਇਹ ਕਾਰਜ ਕਰਾਂਗੇ। ਅਸੀਂ ਲੜਕੀ ਦਾ ਨੰਬਰ ਜਿਹੜਾ ਮਾਤਾ ਜੀ ਨੂੰ ਘਰੇ, ਹਜੇ ਵੀ ਉਹ ਉਵੇਂ ਪਿਆ ਵਾ ਵੀ ਸਾਡੇ ਘਰੇ ਮੇਰੀ ਡਾਇਰੀ ਦੇ ਉੱਤੇ ਰਮਨਦੀਪ ਕੌਰ ਜਗਰਾਉਂ ਤੋਂ ਆਪਦਾ ਐਡਰੈਸ ਅਤੇ ਫੋਨ ਨੰਬਰ ਲਿਖ ਕੇ ਆਪਦੇ ਹੱਥੀਂ ਆਉਂਦੀ ਆ ਅਤੇ ਉਹ ਡਾਇਰੀ ਉਵੇਂ ਹੀ ਪਈ ਆ। ਉਸ ਨੰਬਰ ਨੂੰ ਮੈਂ ਘਰਦੇ ਤੋਂ ਲੈ ਕੇ ਵਟਸਐਪ ਕਰਦਾ ਅਤੇ ਵੇਖਦਾ 15 ਦਿਨ ਪਹਿਲਾਂ ਬਹੁਤ ਫੋਨ ਮੈਸੇਜ ਆਏ ਆ ਜੋ ਮੈਨੂੰ ਪਤਾ ਨਹੀਂ ਲੱਗੇਗੇ। ਅਤੇ ਮੈਂ ਕਿਹਾ ਵੀ ਭੈਣੇ ਜਿਹੜੀ ਗੱਲਬਾਤ ਹੈਗੀ ਮੈਨੂੰ ਵੀਡੀਓ ਬਣਾ ਕੇ ਆਪਦੀ ਭੇਜ ਦਿਉ ਅਤੇ ਅਸੀਂ ਉਸ 'ਤੇ ਐਕਸ਼ਨ ਜ਼ਰੂਰ ਲਵਾਂਗੇ। ਉਹਨਾਂ ਨੇ ਹੁਣ ਦੂਜੀ ਵੀਡੀਓ ਜਿਹੜੀ ਤੁਹਾਨੂੰ ਚੱਲੂਗੀ ਅੱਗੇ ਦੇਵਾਂਗੇ, ਉਹਨੇ ਮੈਨੂੰ ਆਪਦੇ ਘਰੋਂ ਜਗਰਾਉਂ ਤੋਂ ਆਪਦੇ ਕਮਰੇ 'ਚ ਬਹਿ ਕੇ ਉਹ ਵੀਡੀਓ ਬਣਾ ਕੇ ਦਿੱਤੀ ਆ ਵੀ ਬਾਬਾ ਬਲਜਿੰਦਰ ਸਿੰਘ ਚਰਨ ਘਾਟਾਲਾ 2 ਸਾਲ ਤੋਂ ਅਸੀਂ ਰਿਲੇਸ਼ਨ 'ਚ ਦੇ ਵਿੱਚ ਸੀ, ਕਿਉਂਕਿ ਬਲੈਕਮੇਲ ਕਰਕੇ ਮੈਨੂੰ ਉਹਨੇ ਰਿਲੇਸ਼ਨ 'ਚ ਰੱਖਿਆ ਹੋਇਆ ਸੀ। ਇੱਕ ਚੌਂਕੀ ਮਾਨ ਤੋਂ ਕੋਈ ਡਰਾਈਵਰ ਸੀ, ਟਰੱਕ ਡਰਾਈਵਰ, ਜਿਹਦੇ ਨਾਲ ਮੈਂ ਰਿਲੇਸ਼ਨ 'ਚ ਸੀ। ਰਮਨਦੀਪ ਕੌਰ ਨੇ ਮੈਨੂੰ ਕਿਹਾ ਵੀ ਉਦੋਂ ਬਾਅਦ ਮੈਂ ਬਾਬੇ ਕੋਲ ਗਈ ਹਾਂ ਵੀ ਮੈਨੂੰ ਉਹ ਬੰਦਾ ਪਰੇਸ਼ਾਨ ਕਰਦਾ। ਬਾਬੇ ਨੇ ਮੇਰੇ ਕੋਲੋਂ ਉਹ ਸਾਡੀਆਂ ਦੋਵਾਂ ਦੀਆਂ ਫੋਟੋ ਵੀਡੀਓ ਲਈਆਂ ਜਿਹਦੇ ਆਧਾਰਿਤ 'ਤੇ ਮੇਰੇ ਨੂੰ ਸਰੀਰਕ ਸੰਬੰਧ ਦੇ ਵਿੱਚ ਬਾਬਾ ਬਲਜਿੰਦਰ ਸਿੰਘ ਲੈ ਕੇ ਆਇਆ। ਉਹ ਵੀਡੀਓ ਬਣਾ ਕੇ ਉਹਨੇ ਮੈਨੂੰ ਵਟਸਐਪ 'ਤੇ ਫੋਰਵਰਡ ਕੀਤੀ ਆਪਦੇ ਵਟਸਐਪ ਤੋਂ। ਜਦੋਂ ਮੈਂ ਵੇਖਿਆ ਵੀ ਇਹ ਇੱਕ ਗੁਰਦੁਆਰਾ ਸਾਹਿਬ ਦਾ ਮਸਲਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਲਾਤਕਾਰ ਹੋਣ ਦਾ ਮਸਲਾ, ਇੱਕ ਗੁਰੂ ਘਰ ਦੇ ਮੁਖੀ ਨੇ ਇੱਕ ਇਹ ਘਿਨਾਉਣੀ ਕਰਤੂਤ ਕੀਤੀ ਆ, ਅਤੇ ਅਸੀਂ ਇਹ ਸੂਰਜ ਛਿਪਣ ਤੋਂ ਪਹਿਲਾਂ ਐਕਸ਼ਨ ਕਰਨਾ ਚਾਹੀਦਾ, ਨਹੀਂ ਤਾਂ ਸਿੱਖਾਂ ਦੇ ਨਾਲ ਇਹ ਗੱਲਬਾਤ ਹੋਊਗੀ ਵੀ ਜਿਨ੍ਹਾਂ ਨੇ ਉਪਦੇਸ਼ ਦੇਣੇ ਸੀ ਉਹਨਾਂ ਨੇ ਸਾਡੀਆਂ ਧੀਆਂ ਦੇ ਬਲਾਤਕਾਰ ਕੀਤੇ ਆ। ਫਿਰ ਅਸੀਂ ਜਗਰਾਉਂ ਨੂੰ ਜਾਂਦੇ ਹਾਂ, ਜਗਰਾਉਂ ਦੇ ਵਿੱਚ ਮੈਂ ਆਪਦੀ ਗੱਡੀ ਦੇ ਉੱਤੇ ਜਾਂਦਾ। ਜਦੋਂ ਜਗਰਾਉਂ ਜਾ ਕੇ ਮੈਂ ਉਸ ਕੁੜੀ ਨੂੰ ਫੋਨ ਲਾਉਂਦਾ ਵੀ ਭੈਣੇ ਅਸੀਂ ਆ ਗਏ ਹਾਂ ਤੂੰ ਸਾਨੂੰ ਮਿਲ, ਗੱਡੀ ਦੇ ਵਿੱਚ ਬਹਿੰਦੀ ਆ। ਮੈਂ ਫਿਰ ਹੁਣ ਤੀਜੀ ਵੀਡੀਓ ਜਿਹੜੀ ਤੁਸੀਂ ਚਲਾਉਣੀ ਉਹ ਦਿੰਦਾ, ਮੈਂ ਵੀਡੀਓ ਦੇ ਵਿੱਚ ਕੈਮਰਾ ਚੱਲ ਰਿਹਾ ਉਹਨੂੰ ਪੁੱਛਦਾ ਭੈਣੇ ਤੂੰ ਸਾਡੇ ਘਰ ਕਿਉਂ ਗਈ ਸੀ, ਉਹ ਸਾਰਾ ਕੁਝ ਦੱਸ ਰਹੀ ਆ ਵੀ ਹਾਂ ਮੈਂ ਵੀਰੇ ਗਈ ਸੀ, ਆਹ ਮਸਲਾ, ਆਹ ਹੁਣ ਗੱਲਬਾਤ ਹੋਈ ਹੈ ਅਤੇ ਇੱਥੇ ਆ ਅਤੇ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ ਅਤੇ ਮੈਨੂੰ ਬਾਬਾ ਮਾਰਨ ਦੀਆਂ ਧਮਕੀਆਂ ਦਿੰਦਾ, ਅਤੇ ਮੈਂ ਕਿਹਾ ਭੈਣੇ ਅਸੀਂ ਤੇਰੀ ਪੂਰੀ ਮਦਦ ਕਰਾਂਗੇ। ਉਦੋਂ ਬਾਅਦ ਅਸੀਂ ਬਾਬਾ ਬਲਜਿੰਦਰ ਸਿੰਘ ਦੇ ਡੇਰੇ 'ਤੇ ਜਾਂਦਾ ਮੈਂ। ਜਦੋਂ ਜਾਂਦੇ ਉੱਥੇ ਸਾਨੂੰ ਰੁਕਣ ਲਈ ਕਿਹਾ ਦਿੱਤਾ ਜਾਂਦਾ, ਅਸੀਂ ਹੋਰ ਕਿਤੇ ਰੁਕਦੇ ਹਾਂ ਕਮਰੇ 'ਚ ਉਸੇ ਸਥਾਨ 'ਤੇ। 1.5 ਘੰਟੇ ਬਾਅਦ ਸਾਨੂੰ ਡੇਰੇ ਦੇ ਭੋਰੇ 'ਚ ਸੱਦਿਆ ਜਾਂਦਾ, ਬਾਬਾ ਆਉਂਦਾ, ਸਾਡੇ ਨਾਲ ਦੇ ਸਿੰਘ ਹੁੰਦੇ, ਉੱਥੇ ਹੋਰ ਵੀ ਨਾਇਕ ਸਿੰਘ ਹੁੰਦੇ ਆ ਜਿਹੜੇ ਸਾਨੂੰ ਪਛਾਣ ਲੈਂਦੇ, ਸਾਡੇ ਨਾਲ ਜਾਂਦੇ ਆ। ਬਾਬਾ ਪ੍ਰਵਚਨ ਜਿਹਾ ਦੇਣ ਲੱਗ ਜਾਂਦਾ। ਜਦੋਂ ਗੱਲਬਾਤ ਕਰਦੇ 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 ਮੈਂ ਕਿਹਾ ਬਾਬਾ ਜੀ ਅਸੀਂ ਇੱਥੇ ਨਾਲ ਦੇ ਪਿੰਡ ਜ਼ਰੂਰੀ ਕਾਰਜ ਲਈ ਆਏ ਹੋਏ ਹਾਂ, ਦੂਜੀ ਗੱਲ ਮੈਂ ਜਿਹੜੀ ਵੀ ਗੱਲ ਕਰੂੰਗਾ, ਮੈਂ ਗੁਟਕਾ ਸਾਹਿਬ ਲੈ ਕੇ ਆਉਣਾ ਸੀ, ਮੈਨੂੰ ਰਸਤੇ 'ਚੋਂ ਮਿਲਿਆ ਨਹੀਂ, ਪਰ ਮੈਂ ਇਹ ਕਹਿੰਦਾ ਵੀ ਮਹਾਰਾਜ ਹਾਜ਼ਰ ਨੇ ਅਤੇ ਮੈਂ ਇਹ ਸਿੱਖ ਸਹੁੰ ਤਾਂ ਨਹੀਂ ਖਾਂਦਾ ਪਰ ਦੁਨੀਆ ਮੰਨਦੀ ਹੋਊਗੀ, ਮੈਂ ਸਹੁੰ ਖਾ ਕੇ ਗੱਲ ਕਰਦਾ, 1% ਵੀ ਗੱਲ ਇੱਧਰੋਂ ਇੱਧਰ ਨਹੀਂ ਹੋਊਗੀ, ਜਿਹੜੀ ਗੱਲ ਅੱਜ ਹੋਈ ਸੀ ਅਤੇ ਅੱਜ ਤੱਕ ਹੋ ਰਹੀ ਆ ਉਹ ਦੱਸਾਂਗੇ। ਬਾਬਾ ਬਲਜਿੰਦਰ ਸਿੰਘ ਨੂੰ ਮੈਂ ਕਿਹਾ ਵੀ ਨਾਲ ਦੇ ਪਿੰਡ ਇੱਕ ਰੇਪ ਹੋਇਆ ਸੀ 2 ਸਾਲ ਪਹਿਲਾਂ, ਉਹਦੇ ਪ੍ਰੂਫ ਸਾਨੂੰ ਹੁਣ ਮਿਲਿਆ ਅਤੇ ਅਸੀਂ ਉੱਥੇ ਚੱਲੇ ਹਾਂ, ਤੁਸੀਂ ਐਜ਼ ਏ ਇੱਕ ਗੁਰੂ ਘਰ ਦੇ ਮੁਖੀ ਹੋਣ ਦੇ ਨਾਤੇ ਜੇ ਸਾਨੂੰ ਲੋੜ ਪਈ ਤਾਂ ਸਾਡਾ ਸਿੱਖਾਂ ਦਾ ਸਾਥ ਦਿਓ। ਉਹ ਕਹਿੰਦੇ ਠੀਕ ਆ।
ਗੱਲਬਾਤ ਕਰਦੇ ਕਰਦੇ ਮੈਂ ਫੋਨ ਕੱਢਿਆ ਜੇਬ 'ਚੋਂ ਅਤੇ ਬਾਬੇ ਨੂੰ ਬਾਬੇ ਦੀ ਉਸ ਜਿਹੜੀ ਮੈਂ ਹੁਣ ਮਸ਼ੂਕ ਕਹੂੰਗਾ ਵੀ ਉਹਦਾ ਮੈਂ ਇਸਤਰੀ ਦੀ ਫੋਟੋ ਦਿਖਾ ਦਿੱਤੀ, ਬਾਬਾ ਜੀ ਇਹਦਾ ਰੇਪ ਹੋਇਆ 2 ਸਾਲ ਪਹਿਲਾਂ, ਬਾਬੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ, ਬਾਬਾ ਉਦੋਂ ਹੀ ਸਾਰਿਆਂ ਨੂੰ ਕਹਿੰਦਾ ਵੀ ਬਾਹਰ ਹੋ ਜਾਓ ਮੈਂ ਜ਼ਰੂਰੀ ਗੱਲ ਕਰਨੀ ਆ, ਜਦੋਂ ਜਾਂਦੇ ਹਾਂ ਤਾਂ ਬਾਬਾ ਉਦੋਂ ਹੀ ਥੱਲੇ ਆ ਜਾਂਦਾ ਆਪਦੀ ਗੱਦੀ ਤੋਂ ਵੀ ਮੈਨੂੰ ਬਖਸ਼ੋ। ਮੈਂ ਕਿਹਾ ਬਾਬਾ ਜੀ ਮੈਂ ਇਹ ਨਹੀਂ ਕਹਿਣ ਆਇਆ ਵੀ ਰੇਪ ਤੁਸੀਂ ਕੀਤਾ, ਮੈਂ ਇਹ ਕਲੀਅਰ ਕਰਨ ਆਇਆ ਤੁਹਾਡੇ 'ਤੇ ਦੋਸ਼ ਲੱਗਾ, ਸਾਡੇ ਕੋਲ ਫੋਟੋ ਵੀਡੀਓ ਕਾਲ ਰਿਕਾਰਡਿੰਗਾਂ ਆਈਆਂ ਨੇ, ਅਸੀਂ ਕਦੇ ਤੁਹਾਨੂੰ ਮਿਲੇ ਨਹੀਂ, ਤੁਸੀਂ ਸਾਨੂੰ ਆਪਦੇ ਮੂੰਹੋਂ ਦੱਸਣਾ ਤੁਸੀਂ ਹੈ ਕਿ ਨਹੀਂ ਹੈ। ਕਹਿੰਦਾ ਜੀ ਮੈਂ ਹੀ ਹਾਂ, ਪਰ ਤੁਸੀਂ ਇਸ 'ਤੇ ਮਿੱਟੀ ਪਾਉਣੀ ਹੈ ਜਿਵੇਂ ਮਰਜ਼ੀ ਪਾਓ। ਮੈਂ ਕਿਹਾ ਵੀ ਗੱਲ ਹੁਣ ਸ਼ੁਰੂ ਹੋ ਗਈ ਆ, ਅਤੇ ਪਹਿਲੋਂ ਇਹ ਗੱਲ ਮੈਂ ਦੱਸਦਾ ਵੀ ਮੇਰੇ ਨਾਲ ਕਿਸੇ ਗੱਲ ਨੂੰ ਲੈ ਕੇ ਸਮਝੌਤਾ ਨਹੀਂ ਹੋ ਸਕਦਾ, ਤੁਸੀਂ ਇਹ ਦੱਸਣਾ ਵੀ ਗੱਲ ਨੂੰ ਨਿਬੇੜੋਗੇ ਕਿਵੇਂ। ਉਹ ਕਹਿੰਦੇ ਕਿਵੇਂ ਨਿਬੜਨਾ ਚਾਹੀਦਾ। ਮੈਂ ਕਿਹਾ ਵੀ ਜਿਹੜੀ ਲੜਕੀ ਸਾਡੇ ਕੋਲ ਉੱਠ ਗਈ ਆ ਵੀ ਮੇਰੀ ਮਦਦ ਕੀਤੀ ਜਾਵੇ, ਸਿੰਘ ਮੇਰੀ ਮਦਦ ਕਰਨ, ਅਸੀਂ ਉਹਨੂੰ ਹੀ ਪੁੱਛਾਂਗੇ ਵੀ ਤੂੰ ਇਸ ਜਿਹੜੀ ਘਟਨਾ ਵਾਪਰੀ ਆ ਤੇਰੇ ਨਾਲ ਸਰੀਰਕ ਸੰਬੰਧ ਬਣਾਉਣ ਸੰਬੰਧੀ, ਅਤੇ ਤੂੰ ਇਹਦੇ 'ਚ ਕੀ ਮੰਗ ਰੱਖਦੀ ਆ, ਤੂੰ ਕਿਵੇਂ ਸੈਟਿਸਫਾਈ ਹੋਏਗੀ, ਉਹ ਤੇਰਾ ਫੈਸਲਾ। ਗੁਰੂ ਘਰ ਦੇ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਸਾਧ ਨੇ ਇੱਕ ਬੀਬੀ ਦੇ ਨਾਲ ਸਰੀਰਕ ਸੰਬੰਧ ਬਣਾਇਆ, ਉਹਦੀ ਸਜ਼ਾ ਕੀ ਦੇਣੀ, ਉਹ ਸਿੰਘਾਂ ਦਾ ਫੈਸਲਾ, ਇਹ ਨਿਬੜਨਾ ਹੀ ਨਹੀਂ ਹੈ। ਲੜਕੀ ਦੇ ਘਰ ਜਾਂਦੇ ਹਾਂ, ਉਹਨੇ 6 ਲੱਖ ਰੁਪਈਏ ਦੀ ਮੰਗ ਕੀਤੀ ਆ ਵੀ ਜੇ ਵਿਆਹ ਨਹੀਂ ਹੁੰਦਾ ਵੀ ਮੈਨੂੰ ਇਹਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ, ਐਵੇਂ ਮੈਨੂੰ ਮਾਰ ਦੂਗਾ ਜੇ ਮੈਨੂੰ 5-6 ਲੱਖ ਮਿਲਦਾ ਉਹ ਤਾਂ ਮੈਂ ਲੈ ਲਾਂ, ਉਹਦੀ ਮਾਂ ਬਿਮਾਰ ਸੀ। ਅਸੀਂ ਆਏ ਅਤੇ ਬਾਬੇ ਨੂੰ ਕਿਹਾ 6 ਲੱਖ ਰੁਪਈਆ ਦੀ ਮੰਗ ਹੋਈ ਆ। ਬਾਬਾ ਕਹਿੰਦਾ ਵੀ ਤੈਨੂੰ ਤਾਂ ਮੈਂ 1-2 ਲੱਖ ਦੇ ਦੂੰ, ਉਹਨੂੰ ਨਹੀਂ ਦੇਣਾ ਗਾ ਵੀ ਆਉਂਦਾ ਜਾਂਦਾ ਰਿਹਾ ਕਰ, ਡੇਰਾ ਵੀ ਤੇਰਾ, ਜਿਵੇਂ ਕਹੇਗਾ ਤੂੰ ਜਦੋਂ ਡੇਰੇ 'ਤੇ ਆ ਕਰੇਂਗਾ ਮੈਂ ਗੱਦੀ ਛੱਡ ਦਿਆ ਕਰੂੰਗਾ, ਪਰ ਇਸ ਚੀਜ਼ ਨੂੰ ਤੂੰ ਖਤਮ ਕਰ ਸਕਦਾ। ਮੈਂ ਕਿਹਾ ਵੀ ਇਹ ਕਦੇ ਨਹੀਂ ਹੋਣਾ। ਅਸੀਂ ਫਿਰ ਲੜਕੀ ਕੋਲ ਜਾਂਦੇ ਹਾਂ, ਉਹ ਕਹਿੰਦੇ ਵੀ ਨਹੀਂ ਵੀਰੇ ਵੀ ਮੈਂ ਖਤਰੇ ਦੇ ਵਿੱਚ ਆ, ਮੈਨੂੰ ਉਹਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਹੋਈਆਂ। ਅਸੀਂ ਬਾਬੇ ਕੋਲ ਫਿਰ ਆਉਂਦੇ, ਮੈਂ ਕਿਹਾ ਬਾਬਾ ਜੀ ਸਿਧਾਂਤਾਂ ਦੀ ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਲੜਕੀ ਨੂੰ ਦੱਸੋ। ਬਾਬੇ ਨੇ ਕਿਹਾ ਵੀ ਮੈਂ ਕੁਛ ਨਹੀਂ ਦੇ ਸਕਦਾ। ਅਸੀਂ ਕਿਹਾ ਅਸੀਂ ਕੁਛ ਲੈਣਾ ਨਹੀਂ, ਆਪਾਂ ਕੱਲ੍ਹ ਨੂੰ ਮਿਲਾਂਗੇ। ਫਿਰ ਅਸੀਂ ਇੱਕ ਉਸੇ ਡੇਰੇ ਦੇ ਸੇਵਾਦਾਰ ਨੂੰ ਮਿਲਦੇ ਹਾਂ, ਉਹਨੂੰ ਮੈਂ ਕਹਿੰਦਾ ਵੀ ਜਾ ਕੇ ਆਪਦੇ ਬਾਬੇ ਨੂੰ ਪੁੱਛ ਲਾ, ਸੋਢੀ ਸੰਪਰਦਾ ਦਾ ਬੰਦਾ, ਜੇ ਸਾਡੇ ਤੋਂ ਕਿਸੇ ਗੱਲ ਦਾ ਡਰ ਆ ਤਾਂ ਉਹਦੇ ਮਨ 'ਚ ਕੀ ਗੱਲਬਾਤ ਆ ਉਹ ਸਾਡੇ ਸਾਹਮਣੇ ਰੱਖੇ। ਅਤੇ ਬਾਬੇ ਨੇ 10 ਲੱਖ ਰੁਪਈਏ ਦੀ ਔਫਰ ਕੀਤੀ। ਸ਼ਨੀ ਐਤਵਾਰ ਦੀ ਘਟਨਾ, ਜਦੋਂ ਸ਼ਨੀ ਐਤਵਾਰ ਦੀ ਘਟਨਾ ਸਾਡੇ ਜਾਣ ਦੀ, ਸ਼ਨੀਵਾਰ ਨੂੰ ਜਦੋਂ ਜਾਂਦੇ ਹਾਂ, ਉਸ ਰਾਤ ਨੂੰ ਬਾਬੇ ਨੇ ਕਿਹਾ ਵੀ 5 ਲੱਖ ਰੁਪਈਆ ਆਉਂਦੇ ਬੁੱਧਵਾਰ ਨੂੰ ਦਊਂਗਾ ਅਤੇ 5 ਲੱਖ ਉਦੋਂ ਅਗਲੇ ਬੁੱਧਵਾਰ ਨੂੰ ਦਊਂਗਾ, ਉਹ 10 ਲੱਖ ਰੁਪਈਆ ਮੈਂ ਕਿਹਾ ਤੂੰ ਆਪਦੇ ਹੱਥੀਂ ਦੇਣੇ ਆ। ਉਹ ਕਹਿੰਦਾ ਠੀਕ ਆ। ਮੇਰੇ ਮਨ 'ਚ ਇਹ ਸੀ ਵੀ ਜੇ ਬਾਬੇ ਨੂੰ ਜਵਾਬ ਦਿੱਤਾ ਇਹਨੇ ਭੋਰੇ 'ਚੋਂ ਨਹੀਂ ਨਿਕਲਣਾ, ਹੁਣ ਗੱਲ ਖਿੰਡ ਜਾਣੀ ਆ। ਮੈਂ ਸਿੰਘਾਂ ਨਾਲ ਸਲਾਹ ਕੀਤੀ, ਉਹ ਕਹਿੰਦੇ ਵੀ ਭਾਈ ਸਾਹਿਬ ਤੁਸੀਂ ਹਾਂ ਕਰੋ, ਪਰ ਇਹਦੇ ਨਾਲ ਸ਼ਰਤ ਰੱਖੋ ਵੀ ਉਹ ਪੈਸੇ ਦੇਣ ਵਾਸਤੇ ਤੈਨੂੰ ਡੇਰੇ 'ਚੋਂ ਬਾਹਰ ਆਉਣਾ ਪਊਗਾ। ਮੈਂ ਉਹਨੂੰ ਹੱਥ ਮਿਲਾਇਆ, ਜੱਫੀ ਪਾਈ, ਫਤਿਹ ਬੁਲਾਈ। ਮੈਂ ਕਿਹਾ ਵੀ ਆਪਣਾ ਇਹ ਸੰਬੰਧ ਆਪਣੀ ਯਾਰੀ ਆਪਣੀ 'ਚ ਹੀ ਰਹੇ, ਪਰ ਮੇਰਾ ਬਾਈ ਇੱਕ ਗੱਲ ਆ ਵੀ 10 ਲੱਖ ਰੁਪਈਏ ਦੇ ਵਿੱਚ ਡੀਲ ਡਨ ਆ, ਪਰ ਤੈਨੂੰ ਕੁੜੀ ਦੇ ਘਰ ਜਾ ਕੇ ਪੈਸੇ ਦੇ ਕੇ ਆਉਣੇ ਪੈਣਗੇ, ਅਤੇ ਅਸੀਂ ਬਕਾਇਦਾ ਵੀਡੀਓ ਬਣਾਵਾਂਗੇ ਵੀ ਤੂੰ ਕੁੜੀ ਦੇ ਨਾਲ ਆਹ ਜਬਰ ਜਨਾਹ ਕੀਤਾ ਸੀ ਅਤੇ ਉਹਦੀ ਤੁਸ ਆਹ 10 ਲੱਖ ਰੁਪਈਆ ਤੂੰ ਉਹਦੀ ਕੀਮਤ ਤਾਰੀ ਆ। ਉਦੋਂ ਬਾਅਦ ਆਊਗੀ ਸਿੱਖਾਂ ਸਿਧਾਂਤਾਂ ਦੀ ਗੱਲ, ਹਜੇ ਕੰਮ ਛੱਡਣਾ ਨਹੀਂ ਹੈ। ਉਹ ਕਹਿੰਦੇ ਜ਼ਿਆਦਾ ਤਾਂ ਨਹੀਂ ਸਜ਼ਾ ਦਿੰਦੇ। ਮੈਂ ਕਿਹਾ ਵੀ ਅਸੀਂ ਤੈਨੂੰ ਕਿਸੇ ਤਖ਼ਤ ਸਾਹਿਬ 'ਤੇ 1 ਮਹੀਨੇ ਦੀ ਸੇਵਾ ਲਾਵਾਂਗੇ ਪੰਜਾਂ ਸਿੰਘਾਂ ਵੱਲੋਂ, ਜੋੜੇ ਘਰ ਦੀ ਵੀ ਤੂੰ ਫੂਨਾ ਫਾਨਾ ਸੰਗਤ ਤੋਂ ਪਰੇ ਰਹਿ ਕੇ ਜੋੜੇ ਝਾੜਨੇ ਆ। ਉਹ ਕਹਿੰਦੇ ਵੀ ਠੀਕ ਆ। ਐਤਵਾਰ ਆਉਂਦਾ, ਸ਼ਨੀਵਾਰ ਦੀ ਰਾਤ ਅਸੀਂ ਸੌਂਦੇ ਨਹੀਂ ਸਾਰੇ ਸਿੰਘ, ਜਦੋਂ ਅਸੀਂ ਉਹਦੀਆਂ ਵੀਡੀਓ ਰਿਕਾਰਡਿੰਗਾਂ ਦੇਖਦੇ ਹਾਂ। ਬਾਬੇ ਨੂੰ ਮੈਂ ਕਿਹਾ ਬਾਬਾ ਜੀ ਵੀ ਆਪਾਂ ਅੱਜ ਹੀ ਨਿਬੇੜ ਗਏ। ਉਹ ਕਹਿੰਦਾ ਵੀ ਮੇਰੀ ਤਾਂ ਬੁੱਧਵਾਰ ਨੂੰ ਗੱਲ ਹੋਈ ਆ। ਮੈਂ ਕਿਹਾ ਪੈਸੇ ਬੁੱਧਵਾਰ ਨੂੰ ਦੇ ਦੀ, ਲੜਕੀ ਨਾਲ ਗੱਲ ਹੋਈ ਆ। ਉਹ ਕਹਿੰਦੀ ਆ ਵੀ ਜੇ ਬਾਬਾ ਮੁੱਕਰ ਗਿਆ। ਮੈਂ ਕਿਹਾ ਬਾਈ ਸਾਡੇ ਕੋਲ ਵੀ ਸਮਾਂ ਨਹੀਂ ਹੁੰਦਾ, ਤੂੰ ਅੱਜ ਕੋਰਟ ਦੇ ਵਿੱਚ ਆਪਾਂ ਇੱਕ ਪ੍ਰਨੋਟ 'ਤੇ ਲਿਖ ਲਿਖਾ ਕਰ ਲੈਂਦੇ ਹਾਂ, ਕੁੜੀ ਇਹ ਨਾ ਹੋਵੇ ਕਿਸੇ ਹੋਰ ਕੋਲ ਉੱਠ ਜਾਵੇ।
ਬਾਬਾ ਐਤਵਾਰ ਨੂੰ ਸਮੇਤ ਸਿੰਘ 5-6 ਉਹਦੇ ਨਾਲ ਨਿਹੰਗ ਸਿੰਘ ਹੁੰਦੇ ਆ, ਦੀਪਕ ਢਾਬੇ ਦਾ ਸਮਾਂ ਹੁੰਦਾ ਵਾ, ਉੱਥੇ ਆਉਂਦਾ ਵਾ, ਲੜਕੀ ਸਾਡੀ ਗੱਡੀ 'ਚ ਹੁੰਦੀ ਆ, ਰਮਨਦੀਪ ਕੌਰ, ਉਹਨੂੰ ਮੇਰਾ ਸਮਝਾਇਆ ਹੁੰਦਾ ਵੀ ਬਾਬੇ ਨੂੰ ਤੂੰ ਮਿਲਣਾ ਅਤੇ ਗੱਡੀ 'ਚੋਂ ਉਤਰਨਾ ਹੀ ਨਹੀਂ ਹੈ, ਤੂੰ ਕਿ ਮੈਂ ਤਾਂ ਕਿਤੇ ਸੁੰਨੀ ਜਗ੍ਹਾ 'ਤੇ ਮਿਲਣਾ। ਉੱਥੋਂ ਬਾਬਾ ਗੱਡੀ 'ਤੇ ਖੁਦ ਆਉਂਦਾ ਚਲਾ ਕੇ ਗੱਡੀ ਬਾਬਾ ਇੱਕ ਰੋਡ 'ਤੇ ਜਾਂਦਾ, ਰੋਡ 'ਤੇ ਜਾ ਕੇ ਜਦੋਂ ਗੱਲਬਾਤ ਪਤਾ ਲੱਗਦੀ ਆ ਵੀ ਇਹਦੀਆਂ ਰਿਕਾਰਡਿੰਗਾਂ ਸੀ ਹੋਰ ਸੁਣੀਆਂ ਹੁੰਦੀਆਂ ਵੀ ਹੋਰ ਬੀਬੀਆਂ ਲੜਕੀਆਂ ਨੂੰ ਇਹਨੇ ਪ੍ਰੈਗਨੈਂਟ ਕੀਤਾ ਸੀ, ਉਹਦੇ ਅਬੋਰਸ਼ਨ ਵੀ ਕਰਵਾਏ ਆ, ਇੱਕ ਕੁੜੀ ਨੂੰ ਉਹਦੇ ਭਰਾ ਨੂੰ ਮਾਰਨ ਦੀ ਧਮਕੀ ਦਿੱਤੀ, ਜੇ ਤੂੰ ਇੰਡੀਆ 'ਚ ਰਹੀ ਤਾਂ ਮਾਰ ਦੂੰਗਾ, ਕੁੜੀ ਅੱਜ ਇੰਡੀਆ ਤੋਂ ਬਾਹਰ ਆ, ਸਾਡੇ ਕੋਲ ਸਾਰੇ ਪਰੂਫ ਹੈਗੇ ਉਹਨਾਂ ਦੀਆਂ ਰਿਕਾਰਡਿੰਗਾਂ ਨੇ। ਅਸੀਂ ਫਿਰ ਕੀ ਸਕੀਮ ਬਣਾਈ, ਅਸੀਂ ਇਹ ਬਣਾਈ ਵੀ ਇਹਨੂੰ ਆਪਦੀ ਜਗ੍ਹਾ 'ਤੇ ਲਿਜਾਇਆ ਜਾਵੇ। ਗਿਆ ਬਾਬਾ ਆਪਾ ਸਮੇਤ ਸਿੰਘਾਂ ਦੇ, ਉਹ ਕਹਿੰਦੇ ਵੀ ਗੱਲ ਨਾ ਉੱਡੇ, ਜਿੱਥੇ ਕਹੋਗੇ ਚੱਲਾਂਗੇ। ਅਸੀਂ ਕੌਂਕੇ ਚਲੇ ਜਾਂਦੇ ਹਾਂ, ਬਾਈ ਪ੍ਰਦੀਪ ਸਰਪੰਚ ਬੈਠਾ ਇਹਨਾਂ ਦੇ ਉੱਥੇ ਫੈਕਟਰੀ ਦੇ ਵਿੱਚ, ਬਾਬਾ ਬੈਠਾ, 6 ਮਿੰਟ ਦੀ ਵੀਡੀਓ ਆ, ਇੱਧਰ ਲੜਕੀ ਆ ਵਿਚਾਲੇ, ਮੈਂ ਆ ਇੱਧਰ ਬਾਬਾ, ਉਹ ਅਸੀਂ ਪਬਲਿਸ਼ ਕੀਤੀ ਹੋਈ ਆ, ਤੁਸੀਂ ਉੱਥੋਂ ਸੁਣ ਲਿਓ। ਅਸੀਂ ਐਂਡ 'ਤੇ ਇਹ ਕਹਿੰਦੇ ਹੈਗੀ ਤੁਹਾਡੀ ਗੱਲ ਕਲੀਅਰ ਹੈ, ਹੁਣ ਬਾਬਾ ਸਾਨੂੰ ਇਸ ਗੱਲ ਦਾ ਜਵਾਬ ਦੇ ਵੀ ਜਿਹੜੀ ਆਹ ਲੜਕੀ ਨੂੰ 2 ਵਾਰੀ ਪ੍ਰੈਗਨੈਂਟ ਕੀਤਾ, 20 ਸਾਲਾਂ ਦੀ ਕੁੜੀ ਆ, ਅਤੇ ਇਹਦੇ ਤੂੰ ਮਾਰਨ ਦੀ ਧਮਕੀ ਦਿੱਤੀ ਹੈ, ਵੀ ਇਹ ਕਿੱਥੇ ਨਿਬੇੜਾ ਹੋਊਗਾ। ਅਤੇ ਬਾਬੇ ਨੇ ਮੈਨੂੰ ਇਹ ਕਿਹਾ ਵੀ ਤੈਨੂੰ ਜੋ ਚਾਹੀਦਾ ਲੈ ਲਾ, 20 ਲੱਖ ਰੁਪਈਆ ਬਾਬੇ ਨੇ ਮੇਰੇ ਕੋਲ ਉਦੋਂ ਮੰਨਿਆ ਅਤੇ ਨਵੀਂ ਫੋਰਚੂਨਰ ਦੇਣ ਨੂੰ ਮੰਨਿਆ, ਜਿਹਦੀ ਕੀਮਤ 60-70 ਲੱਖ ਰੁਪਈਆ ਬਣਦੀ ਆ, ਵੀ ਤੂੰ ਇੱਥੇ ਹੀ ਚੀਜ਼ ਨੂੰ ਖਤਮ ਕਰ। ਅਸੀਂ ਸਾਰਿਆਂ ਨੂੰ ਬਾਹਰ ਕੱਢ ਕੇ ਬਾਬੇ ਨੂੰ ਕੁੱਟਿਆ, 6 ਮਾਰੇ ਉਹਦੇ, ਟਕਾ ਕੇ ਇਹ ਪੁਲਿਸ ਨੂੰ ਵੀ ਕਿਹਾ, ਇਹ ਲਾਈਵ ਹੋ ਕੇ ਅਸੀਂ ਜ਼ਿੰਮੇਵਾਰੀ ਵੀ ਚੱਕੀ ਹੈ ਵੀ ਚਰਨ ਘਾਟਾਲਾ ਸਾਧ ਬਲਜਿੰਦਰ ਸਿੰਘ ਅਸੀਂ ਕੁੱਟਿਆ, ਅਤੇ ਕੁੱਟਿਆ ਵਾ ਬਸ। ਉਹ ਜਾ ਕੇ ਥਾਣੇ ਪੇਸ਼ ਹੁੰਦਾ, ਸਿਟੀ 1 ਸਿਟੀ ਜਗਰਾਓਂ, ਉੱਥੋਂ ਮੈਨੂੰ ਫੋਨ ਆਉਂਦਾ ਅੰਮ੍ਰਿਤਪਾਲ ਸਿੰਘ SHO ਉੱਥੇ, ਵੀ ਬਾਬਾ ਜੀ ਤੁਹਾਡੇ ਖਿਲਾਫ਼ ਦਰਖਾਸਤ ਆਈ ਇਹਦਾ, ਵੀ ਤੁਸੀਂ ਦੱਸੋ। ਮੈਂ ਕਿਹਾ ਬਾਈ ਜੀ ਆਹ ਚੱਕੋ, ਤੁਹਾਨੂੰ ਪਰੂਫ ਭੇਜ ਤੇ, ਤੁਸੀਂ ਹੁਣ ਵੇਖ ਲਓ ਸੱਚ ਝੂਠ ਕੀ ਆ। ਅੰਮ੍ਰਿਤਪਾਲ ਸਿੰਘ SHO ਮੌਜੂਦਾ ਸਿਟੀ ਜਗਰਾਓਂ ਨਾਲ ਲੇਡੀ ਪੁਲਿਸ ਨੂੰ ਲੈ ਕੇ ਲੜਕੀ ਦੇ 12:30-1 ਵਜੇ ਬਿਆਨ ਹੁੰਦੇ, ਉਹਦੇ ਘਰੇ ਜਾ ਕੇ ਵੀਡੀਓ ਰਿਕਾਰਡ ਆ, ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਹੁੰਦਾ, ਰਾਤੇ ਰਾਤ ਕੁੜੀ ਨੂੰ ਪੁਲਿਸ ਲੈ ਕੇ ਡੇਰੇ ਦੇ ਉੱਤੇ ਸ਼ਨਾਖਤ ਕਰਕੇ ਆਉਂਦੀ, ਵੀਡੀਓ ਰਿਕਾਰਡ ਆ, ਅਤੇ ਬਾਬੇ 'ਤੇ ਬਲਾਤਕਾਰ ਦਾ ਪਰਚਾ ਹੁੰਦਾ। ਇੱਧਰੋਂ ਦਿਨ ਚੜ੍ਹਦਾ ਅਗਲਾ ਸੋਮਵਾਰ, ਅਤੇ ਮੈਂ ਰਾਤ SHO ਨੂੰ ਇਹ ਗੱਲ ਕਹਿੰਦਾ ਅੰਮ੍ਰਿਤਪਾਲ ਸਿੰਘ ਨੂੰ, ਬਾਈ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਬਹੁਤ ਮਦਦ ਕੀਤੀ ਆ, ਹਜੇ ਵੀ ਮੈਸੇਜ ਉਵੇਂ ਪਏ ਆ ਉਹਦੇ, ਤੁਸੀਂ ਸਿੱਖਾਂ ਦੀ ਸੁਣਵਾਈ ਕੀਤੀ ਇੱਕ ਲੜਕੀ ਦੀ, ਤੁਸੀਂ ਉਹਦੇ ਪੱਤ ਢਕੀ ਆ ਉਹਦੀ, ਅਤੇ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ, ਬਾਬੇ ਦੇ 2 ਮੋਬਾਈਲ ਆ ਸਾਡੇ ਕੋਲ, ਅਤੇ ਬਾਬੇ ਤੋਂ ਸਾਨੂੰ 2 DVR ਮਿਲੇ, ਉਹ ਵੀ ਮੇਰੇ ਕੋਲ ਆ, ਇੱਕ ਮੋਬਾਈਲ ਅਤੇ 2 DVR ਸਾਡੀ ਦੂਜੀ ਗੱਡੀ 'ਚ ਚਲੇ ਗਏ, ਇੱਕ ਮੋਬਾਈਲ ਮੇਰੇ ਕੋਲ ਆ ਬਾਈ ਜੀ ਆਹ ਚੱਕੋ ਪੁਲਿਸ ਨੂੰ ਦਿੱਤਾ, ਦੂਜਾ ਮੋਬਾਈਲ ਅਗਲੇ ਦਿਨ ਬਾਈ ਜੀ ਹੁਣੀ ਫੜਾਉਂਦੇ ਆ, DVR ਕੋਲੇ ਰਹਿ ਜਾਂਦੇ ਆ, ਅਤੇ ਅਗਲੇ ਦਿਨ ਫੋਨ ਆਉਂਦਾ ਮੈਨੂੰ, ਕਹਿੰਦੇ ਤੁਹਾਡੇ 'ਤੇ ਪਰਚਾ ਦੇਣ ਲੱਗੇ ਹਾਂ ਕਿਡਨੈਪਿੰਗ ਦਾ, ਅਤੇ ਬਾਬੇ ਦੇ ਡੇਰੇ 'ਚ ਮਾਰੇ ਡਾਕੇ ਦਾ। ਮੈਂ ਕਿਹਾ ਵੀ ਇਹ ਕੀ ਹੋਈ, ਵੀ ਤੁਸੀਂ ਤਾਂ ਸੁਣਵਾਈ ਨਹੀਂ ਹੈਗੀ ਸਿੱਖਾਂ ਦੀ। ਫਿਰ ਅਸੀਂ ਮੈਂ ਇਹਨਾਂ ਨੂੰ ਕਿਹਾ ਵੀ ਆਪਣੇ ਕੋਲ ਕੀ ਆ DVR, ਮੈਂ ਕਿਹਾ ਨਹਿਰੂ ਨੂਰ 'ਚ ਸੈੱਟ ਦਿਓ, ਉਹਦੇ 'ਚੋਂ ਵੀਡੀਓ ਕੱਢ ਲਓ ਜੇ ਕੋਈ ਚਾਹੀਦੀਆਂ ਚੀਜ਼, 'ਚ ਅਸੀਂ 6 ਵੀਡੀਓ ਕੱਢੀਆਂ ਬਾਬੇ ਨੇ ਇੱਕ। ਹੁਣ ਕਹਾਣੀ ਚੱਲਦੀ ਆ ਦੂਜੇ ਕੇਸ ਦੀ, ਇੱਕ ਲੜਕੀ ਜਗਰਾਓਂ ਤੋਂ, ਉਹਦਾ ਪਰਿਵਾਰ ਬਾਬੇ ਨੂੰ ਮੰਨਦਾ ਸੀ ਅਤੇ ਡੇਰੇ 'ਚ ਆਉਣ ਜਾਣ ਸੀ, ਪਰਿਵਾਰ ਦੇ ਵਿੱਚ ਕਲੇਸ਼ ਚੱਲਦਾ ਸੀ ਕਿਸੇ ਗੱਲ ਨੂੰ ਲੈ ਕੇ, ਉਹ ਕੁੜੀ ਬਾਬੇ ਨੂੰ ਕਹਿੰਦੀ ਬਾਬਾ ਜੀ ਕਿਰਪਾ ਕਰੋ, ਤੁਹਾਡਾ ਕਹਿਣਾ ਸਾਡਾ ਪਰਿਵਾਰ ਮੰਨਦਾ, ਮੇਰਾ ਭਰਾ ਮੰਨਦਾ, ਮੇਰਾ ਭਰਾ ਨਸ਼ੇ ਕਰਕੇ ਮੇਰੇ ਮਾਂ ਪਿਓ ਨੂੰ ਕੁੱਟਦਾ, ਸਾਨੂੰ ਕੁੱਟਦਾ, ਤੁਸੀਂ ਉਹਨੂੰ ਸਮਝਾਓ। ਬਾਬਾ ਲੜਕੀ ਨੂੰ ਕਹਿੰਦਾ ਪੁੱਤ ਜਗਰਾ ਮੋਗੇ ਤੋਂ ਡਰੋਲੀ ਭਾਈ ਇੱਕ ਸਥਾਨ ਆ, ਜੇ ਪਰਿਵਾਰ ਦਾ ਕੋਈ ਮੈਂਬਰ ਉੱਥੇ ਅਰਦਾਸ ਕਰੇ ਉਹ ਸੁਣੀ ਜਾਂਦੀ ਹੈ, ਜੇ ਤੂੰ ਵਿਹਲੀ ਹਾਂ ਤਾਂ ਆਪਾਂ ਚੱਲ ਗਏ। ਉਹ ਕਹਿੰਦੀ ਵੀ ਜੇ ਬਾਬਾ ਸਾਡਾ ਘਰ ਵੱਜਦਾ ਤਾਂ ਸਾਨੂੰ ਲੈ ਚੱਲ। ਬਾਬਾ ਆਪਦੇ ਨਾਲ ਇੱਕ ਸਿੰਘ ਲੈ ਕੇ ਜਾਂਦਾ, ਲੜਕੀ ਨੂੰ ਗੁੰਮਰਾਹ ਕਰਕੇ ਜਗਰਾਓਂ ਤੋਂ ਚੱਕਿਆ ਜਾਂਦਾ,
ਮੋਗੇ ਲੈ ਕੇ ਜਾਂਦੇ ਆ, ਜਾਂਦੇ ਹੋਏ ਰਾਹ 'ਚ ਰੁਕਦੇ ਆ ਵੀ ਇੱਥੇ ਕੈਂਗਟਮ ਹੋਟਲਾਂ ਬਾਬਾ ਰੋਟੀ ਖਾ ਲਏ। ਲੜਕੀ ਨੇ ਬਾਬੇ ਦੀ ਕਿੱਥੇ ਮੋੜਨੀ ਆ, ਉਹ ਕਹਿੰਦੀ ਠੀਕ ਆ ਮਹਾਂਪੁਰਖੋ। ਅਤੇ ਉੱਥੇ ਜਦੋਂ ਰੁਕੇ 106 ਨੰਬਰ ਕੈਂਗਟਮ ਹੋਟਲ ਦੇ ਵਿੱਚ ਕਮਰਾ ਲਿਆ ਬਾਬੇ ਨੇ, ਲੜਕੀ ਨੂੰ ਅੰਦਰ ਵਾੜਿਆ, ਨਾਲ ਜਿਹੜਾ ਚਰਨਜੀਤ ਸਿੰਘ ਸੇਵਾਦਾਰ ਸੀ ਉਹਨੂੰ ਗੱਡੀ ਦੇ ਕੇ ਪਰੇ ਕੀਤਾ। ਅਤੇ ਜਦੋਂ ਕਮਰੇ ਦੀ ਕੁੰਡੀ ਲੱਗੀ, ਬਾਬੇ ਨੇ ਲੜਕੀ ਨੂੰ ਕੁੱਟਿਆ ਅਤੇ ਉਹਦੇ ਕੱਪੜੇ ਲਵਾ ਕੇ ਵੀਡੀਓ ਬਣਾਈ ਅਤੇ ਉਹਦੇ ਨਾਲ ਜਬਰ ਜਨਾਹ ਕੀਤਾ। ਅਤੇ ਇਹ ਕਿਹਾ ਵੀ ਜੇ ਕੋਈ ਗੱਲਬਾਤ ਲੀਕ ਕੀਤੀ ਤਾਂ ਸਾਰਾ ਕੁਛ ਮੈਂ ਨੈੱਟ 'ਤੇ ਚਾੜ੍ਹ ਦੂੰ ਅਤੇ ਤੇਰੇ ਭਰਾ ਨੂੰ ਮਰਾ ਦੂੰਗਾ। ਉਹ 6 ਤਰੀਕ 5ਵੇਂ ਮਹੀਨੇ ਦੀ 2024 ਤੋਂ ਲੈ ਕੇ ਹੁਣ ਤੱਕ ਉਸ ਕੁੜੀ ਦੇ ਨਾਲ ਜਬਰ ਜਨਾਹ ਹੁੰਦਾ ਆ। ਇਹ ਗੱਲ ਸਾਨੂੰ ਪਤਾ ਨਹੀਂ ਸੀ, ਇਹ ਗੱਲ ਪਤਾ ਅਸੀਂ ਬਹੁਤ ਫਿਕਰ ਕਰਦੇ ਸਾਡੀ ਭੈਣ। ਅਤੇ 5ਵੇਂ ਮਹੀਨੇ ਦੀ 6 ਤਰੀਕ 2024 ਨੂੰ ਇਹ ਵਾਰਦਾਤ ਹੋਈ ਮੋਗੇ ਦੇ ਵਿੱਚ। ਸਾਨੂੰ ਨਹੀਂ ਪਤਾ, ਅਸੀਂ ਉਹ DVR 'ਚੋਂ 5 ਕੱਢੀਆਂ ਵੀਡੀਓ ਤੋਂ ਛਾਣ ਬੀਣ ਕੀਤੀ ਵੀ ਕੁੜੀ ਕੌਣ ਆ। ਜਦੋਂ ਅਸੀਂ ਕਿਸੇ ਕੰਮ ਨੂੰ ਲੈ ਕੇ, ਮੇਰੇ ਇੱਕ ਕੇਸ ਚੱਲਦਾ ਦਿੱਲੀ ਦੇ ਵਿੱਚ, ਉੱਥੇ ਗਏ ਹੋਏ ਸੀ, ਰਾਹ 'ਚੋਂ ਫੋਨ ਆਉਂਦਾ ਵੀ ਬਾਬਾ ਹੁਣ ਤੇਰਾ ਕੰਮ ਹੋ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਵੀ ਕੁੜੀ ਤੋਂ ਪੁਲਿਸ ਨੇ ਬਿਆਨ ਮੁਕਰਾ ਲਏ ਰਮਨਦੀਪ ਕੌਰ ਤੋਂ ਵੀ ਮੇਰਾ ਰੇਪ ਨਹੀਂ ਹੋਇਆ, ਅੰਮ੍ਰਿਤਪਾਲ ਸਿੰਘ ਨੇ ਰਮਨਦੀਪ ਕੌਰ ਨੂੰ ਕਿਡਨੈਪ ਕਰਕੇ ਰੱਖਿਆ ਹੋਇਆ ਸੀ ਅਤੇ ਝੂਠਾ ਬਾਬੇ 'ਤੇ ਪਰਚਾ ਦਵਾਇਆ, ਬਾਬੇ ਨੇ ਵੀ ਕਿਡਨੈਪਿੰਗ ਦੀ ਤੇਰੇ 'ਤੇ ਦਰਖਾਸਤ ਦਿੱਤੀ ਅਤੇ ਲੜਕੀ ਨੇ ਵੀ ਦੇਤੀ। ਲੜਕੀ ਨੇ ਐਫੀਡੈਵਿਟ, DSP ਜਸਜੋਤ ਦਾ ਕਹਿਣਾ ਵੀ ਲੜਕੀ ਨੇ ਐਫੀਡੈਵਿਟ ਦੇਤਾ ਵੀ ਅੰਮ੍ਰਿਤਪਾਲ ਸਿੰਘ ਨੇ ਧੱਕੇ ਨਾਲ ਬੰਦੂਕ ਦੀ ਨੋਕ 'ਤੇ ਸਾਥੋਂ ਪਰਚਾ ਕਰਵਾਇਆ। ਅਤੇ ਇਹ ਦੋ ਪਰਚੇ ਅੰਮ੍ਰਿਤਪਾਲ ਸਿੰਘ ਮਹਿਰੋ 'ਤੇ ਹੋਣਗੇ, ਨਹੀਂ ਤਾਂ ਸਾਨੂੰ ਆ ਕੇ ਮਿਲੇ ਅਤੇ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਜਿਹੜੀ ਲੜਕੀ ਦੀ ਖਾਤਰ ਅਸੀਂ ਸਿਰ ਤਲੀ 'ਤੇ ਧਰ ਕੇ ਜਗਰਾਉਂ 'ਚ ਐਂਟਰ ਹੋਏ ਸੀ ਅਤੇ ਉਹਨੇ ਅੱਜ ਬਿਆਨ ਸਾਡੇ ਉਲਟ ਦੇਤੇ, ਸਾਡੇ 'ਤੇ ਕੀ ਬੀਤੂਗੀ, ਅਸੀਂ ਉੱਥੇ ਇਕੱਠ ਕਰਦੇ ਰਹੇ ਹਾਂ। ਅਤੇ ਜਦੋਂ ਪਤਾ ਕੀਤਾ, ਮੈਂ ਕੁੜੀ ਨੂੰ ਫੋਨ ਲਾਇਆ, ਕੁੜੀ ਨੇ ਸਾਨੂੰ ਬਲੌਕ ਕੀਤਾ ਹੋਇਆ ਸੀ। ਮੈਂ ਨਹੀਂ ਇਹ ਗੱਲ ਕਹਿੰਦਾ ਮੀਡੀਆ ਦੇ ਵਿੱਚ ਲੜਕੀ ਨੇ ਬਿਆਨ ਬਦਲੇ ਆ, ਮੈਂ ਪੜ੍ਹੇ ਨਹੀਂ, ਮੈਂ ਸੁਣੇ ਨਹੀਂ, ਪਰ ਉਹਦੇ ਦੀ ਲੜਕੀ ਜਿੱਦੇ ਬਾਬਾ ਜੇਲ੍ਹ 'ਚ ਜਾਂਦਾ ਉਹਦੇ ਦੀ ਲੜਕੀ ਮਿਸਿੰਗ ਆ, ਲਾਪਤਾ, DSP ਜਗਰਾਉਂ ਕੁੜੀ ਦਾ ਪਤਾ ਕਰਕੇ ਦੱਸੇ ਕੁੜੀ ਹੈ ਕਿੱਥੇ। ਜੇ ਕੁੜੀ ਨੂੰ ਅਸੀਂ ਕਿਡਨੈਪ ਕੀਤਾ ਵਿਦ ਪਰੂਫ ਸਾਨੂੰ ਸਾਬਤ ਕਰੇ ਅਤੇ ਅਸੀਂ ਪਰਚਾ ਲੈਣ ਲਈ ਤਿਆਰ ਹਾਂ, ਪੁਲਿਸ ਸਾਨੂੰ ਅਰੈਸਟ ਕਰੇ, ਅਸੀਂ ਅਰੈਸਟ ਦੇਵਾਂਗੇ। ਅਤੇ ਜੇ ਨਹੀਂ ਤਾਂ ਲੜਕੀ ਨੂੰ ਕੈਮਰੇ ਸਾਹਮਣੇ ਲਿਆਵੇ, ਜਗਰਾਉਂ ਪੁਲਿਸ ਦੀ ਜ਼ਿੰਮੇਵਾਰੀ ਆ ਵੀ ਜਿਹੜੀ ਕੁੜੀ ਨੇ ਬਾਬੇ 'ਤੇ ਰੇਪ ਦਾ ਪਰਚਾ ਕਰਾਇਆ ਸੀ ਉਹਨੂੰ ਅੱਜ 14ਵਾਂ 15ਵਾਂ ਦੇਣਾ ਵਾ, ਕੁੜੀ ਮਿਸਿੰਗ ਆ, ਕਿੱਥੇ ਆ ਉਹ ਰਮਨਦੀਪ ਕੌਰ। ਜਦੋਂ ਅਸੀਂ ਵੇਖ ਲਿਆ ਵੀ ਸਾਰੀ ਖੇਡ ਹੀ ਇੱਥੋਂ ਨਿਕਲ ਗਈ ਆ, ਵੀ ਗੁਰੂ ਘਰ 'ਤੇ ਆ ਕੇ ਫਿਰ ਉਸਨੇ ਦੂਜੇ ਸਰਸੇ ਵਾਲੇ ਨੇ ਕਬਜ਼ਾ ਕਰ ਲੈਣਾ ਅਤੇ ਅਸੀਂ ਕਰਾਂਗੇ ਕਿ ਸਾਨੂੰ ਮਰਵਾ ਦੂਗਾ। ਫਿਰ ਸਾਨੂੰ ਇੱਕ ਬਾਹਰੋਂ ਯੂਰਪ ਤੋਂ ਇੱਕ ਕਾਲ ਆਉਂਦੀ ਆ, ਬਾਬਾ ਜੇ ਅੱਜ ਤੋਂ ਬਾਅਦ ਕੋਈ ਗੱਲਬਾਤ ਸਾਰਾ ਉਹਦੀ ਕੀਤੀ ਉਹਦੀ ਚਰਨ ਘਾਟ ਵਾਲੇ ਸਾਹ ਦੀ, ਤਾਂ ਤੂੰ ਹੈ ਨਹੀਂ ਨਾ ਤੇਰਾ ਪਰਿਵਾਰ ਆ, ਉਹ ਮੈਸੇਜ ਹਜੇ ਵੀ ਪਏ ਆ। ਉਦੋਂ ਅਗਲੇ ਦਿਨ ਫੋਨ ਆਉਂਦਾ, ਉਹ ਕਹਿੰਦੇ ਬਾਬਾ ਮੇਰਾ ਨਾਂ ਨਾ ਦੱਸਿਓ, ਇਹ ਸਕੀਮ ਬਣਾਈ ਜਾਂਦੇ ਵੀ ਜੇ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਕਿਤੋਂ ਚੱਕਿਆ ਲਿਆ ਜਾਵੇ ਅਤੇ ਇਹਦੇ ਮੂੰਹ ਨੂੰ ਵੀ ਸਾੜ ਕੇ ਇਹਨੂੰ ਗੁੰਮ ਸੁੰਮ ਕਰ ਦਿਓ, ਇਹਦਾ ਪਤਾ ਨਾ ਲੱਗੇ। ਇਹਦੇ ਵਿੱਚ ਕੁਲਵੰਤ ਸਿੰਘ ਜਿਹੜਾ ਸਹੋਤਾ, ਉਹ DSP ਜਿਹੜਾ ਜਸਜੋਤ ਸਿੰਘ ਆ ਉਹ, ਅਤੇ ਹੋਰ ਜਿਹੜੇ ਬੰਦੇ ਹੈਗੇ ਆ ਉਹ, ਅਸੀਂ ਕੀ ਕਰਦੇ ਹਾਂ, ਅਸੀਂ ਹਾਰ ਗਏ ਜਮਾਂ, ਜਿੱਤੀ ਹੋਈ ਬਾਜੀ ਸਿੱਖ ਹਾਰ ਗਏ। ਅਸੀਂ ਕਿਹਾ ਵੀ ਮਹਾਰਾਜ ਹੁਣ ਆਪੇ ਕਿਰਪਾ ਕਰਨਗੇ। ਅਤੇ ਸਾਨੂੰ ਇੱਕ ਫੋਨ ਆਉਂਦਾ ਵੀ ਅਸੀਂ ਮਿਲਣਾ ਚਾਹੁੰਦੇ ਹਾਂ। ਮੈਂ ਕਿਹਾ ਵੀ ਤੁਸੀਂ ਕੌਣ? ਕਹਿੰਦੇ ਅਸੀਂ ਮਿਲਣਾ ਚਾਹੁੰਦੇ ਜਗਰਾਉਂ ਤੋਂ। ਮੈਂ ਕਿਹਾ ਵੀ ਮੇਰੀ ਯਾਰ ਗੇਮ ਨਾ ਲੱਗ ਜੇ, ਮਾਰ ਨਾ ਦੇਣ। ਪਰ ਫਿਰ ਵੀ ਮੈਂ ਅਤੇ ਇੱਕ ਮੇਰਾ ਮਿੱਤਰ, ਅਸੀਂ ਦੋਵੇਂ ਭੇਸ ਬਦਲ ਕੇ ਪੱਗ ਬੰਨ੍ਹ ਕੇ ਉਹਨਾਂ ਦੇ ਘਰ ਗਏ ਅਤੇ ਕੁੜੀ ਰੋਈ, ਕਹਿੰਦੀ ਵੀਰੇ ਮੇਰੇ ਨਾਲ ਹੋਇਆ। ਜਦੋਂ ਉਸ ਕੁੜੀ ਨੇ ਫੋਨ 'ਤੇ ਸਾਡੇ ਨਾਲ ਗੱਲ ਕੀਤੀ ਸੀ, ਕੁੜੀ ਦਾ ਮਾਂ ਪਿਓ, ਚਾਚੇ, ਕੁੜੀ ਦੇ ਸਕੇ ਦੋ ਭਰਾ, ਜਗਰਾਉਂ ਦੇ ਮੋਹਤਵਾਰ ਬੰਦੇ, SSP ਦੇ ਹਾੜੇ ਕੱਢੇ, ਉਹ ਸਾਡੀ ਧੀ ਦਾ ਰੇਪ ਹੋਇਆ।
ਪ੍ਰਦੀਪ ਸਰਪੰਚ ਨਾਲ ਸੀ, ਐਸ ਐਸ ਪੀ ਨੂੰ ਕਿਹਾ ਕੁੜੀ ਨੇ ਮੇਰਾ ਰੇਪ ਹੋਇਆ, ਵੋਟ ਤਾਂ ਹੁਣ ਡੀ ਐਸ ਪੀ ਜਸਜੋਤ ਸਿੰਘ ਨੂੰ ਕਿਹਾ ਕੁੜੀ ਨੇ ਮੇਰਾ ਰੇਪ ਹੋਇਆ, ਵੋਟ ਤਾਂ ਹੁਣ ਐਸ ਐਚ ਓ ਅੰਮ੍ਰਿਤਪਾਲ ਸਿੰਘ ਨੂੰ ਕਿਹਾ ਮੇਰਾ ਰੇਪ ਹੋਇਆ, ਵੋਟ ਤਾਂ ਉਹਨਾਂ ਨੇ। ਅਸੀਂ ਉਸ ਚੀਜ਼ ਨੂੰ ਪੰਜਾਂ ਦਿਨਾਂ ਵਾਸਤੇ ਰੋਕਤਾ। ਮੈਂ ਦਿੱਲੀ ਸੀ, ਮੈਂ ਦਿੱਲੀ ਆਇਆ, ਮੈਂ ਮਿਲਿਆ, ਕੁੜੀ ਨੇ ਕਮਰਾ ਬੰਦ ਕੀਤਾ, ਮੈਨੂੰ ਸਾਰਾ ਕੁਝ ਦੱਸਿਆ। ਮੈਂ ਕਿਹਾ ਸਾਰੀ ਘਟਨਾ ਜਗਰਾਉਂ ਦੀ ਆ, ਜਗਰਾਉਂ ਦੀ ਪੁਲਿਸ ਨੇ ਇਨਸਾਫ ਨਹੀਂ ਦੇਣਾ। ਮਹਾਰਾਜ ਵੱਲੋਂ ਕੁੜੀ ਦੇ ਮੂੰਹੋਂ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਨਹੀਂ। ਇੱਕ ਦਿਨ ਹੋਟਲ 'ਚ ਅਸੀਂ ਗੱਡੀ ਚੱਕੀ, ਕਿੰਗਡਮ ਹੋਟਲ 'ਚ ਗਏ, ਰਿਕਾਰਡ ਕਢਾਇਆ, ਕੁਦਰਤੀ ਬਾਬੇ ਦਾ ਆਧਾਰ ਕਾਰਡ ਲੱਗਾ, ਕੁੜੀ ਦਾ ਆਧਾਰ ਕਾਰਡ ਲੱਗਾ, ਅਤੇ 6 ਤਰੀਕ 5ਵੇਂ ਮਹੀਨੇ ਦੀ ਨੂੰ ਇਹਦੇ ਨਾਲ 4 ਘੰਟੇ ਰੇਪ ਹੋਇਆ। ਰਾਤੇ ਰਾਤ ਕੁੜੀ ਐਡਮਿਟ ਕਰਾਈ, ਉਹਦੇ ਦਰਦ ਹੁੰਦਾ, ਸਾਰਾ ਕੁਛ ਜੈਨੂਇਨ ਸੀਗਾ, ਰੇਪ ਹੋਇਆ, ਪੋਜ਼ਿਟਿਵ ਆਇਆ। ਸਰਕਾਰੀ ਹਸਪਤਾਲ 'ਚੋਂ ਰਿਪੋਰਟ ਥਾਣੇ ਮਿਹਣੇ ਗਈ, ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਛ, ਅਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ। ਮੇਰੇ ਕੋਲ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦੇਤਾ ਉਸ ਰੇਪ ਦਾ। ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ, ਅਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਅੱਖੀਂ ਦੇਖਿਆ ਬਾਬਾ ਧੱਕੇ ਇਹਨਾਂ ਨੂੰ ਰੂਮ 'ਚ ਲੈ ਕੇ ਗਿਆ ਸੀ। ਪਰਚਾ ਦਰਜ ਹੋ ਗਿਆ ਬਲਾਤਕਾਰ ਦਾ, ਪਰਸੋਂ ਪਰਚਾ ਦਰਜ ਹੋ ਗਿਆ। ਜਸਜੋਤ ਫਿਰ ਵੀ ਕਹਿੰਦਾ ਮੈਂ ਪਰਚਾ ਕੈਂਸਲ ਕਰਵਾ ਦੂੰਗਾ। ਜੇ ਇਸ ਦੇਸ਼ ਦੇ ਵਿੱਚ ਪੁਲਿਸ ਬਲਾਤਕਾਰੀਆਂ ਨੂੰ ਬਾਹਰ ਕੱਢਣ ਲਈ ਪੱਬਾਂ ਭਾਰ ਹੋ ਰਹੀ ਆ, ਜੇ ਇਸ ਦੇਸ਼ ਦੇ ਵਿੱਚ ਪੱਗਾਂ ਬੰਨ੍ਹ ਕੇ ਜਸਜੋਤ ਨਾਲ ਲੱਗਿਆ ਹੋਵੇ, ਸਿੰਘ ਡੀ ਐਸ ਪੀ ਹੋਵੇ, ਉਹਨੇ ਗੁਰੂ ਘਰ ਦੇ ਵਿੱਚ ਹੋਏ ਰੇਪ ਦੀ, ਰੇਪ ਬੰਦੇ ਨੂੰ ਬੇਗੁਨਾਹ ਸਾਬਤ ਕਰਨ ਲਈ ਦਿਨ ਰਾਤ ਇੱਕ ਕਰਦਾ, ਅਤੇ ਸਾਡੇ ਖੂਨ ਦਾ ਪਿਆਸਾ, ਅਸੀਂ ਕਿਹਦੇ ਕੋਲ ਜਾਵਾਂਗੇ? ਪਰੂਫ ਦੇ ਦਿੱਤੇ ਉਹਨਾਂ ਨੂੰ, 9000 ਕਾਲ ਰਿਕਾਰਡਿੰਗਾਂ ਮੇਰੇ ਕੋਲ ਬਾਬੇ ਦੀ, ਇਹਨਾਂ ਦੀਆਂ ਸਾਰੀਆਂ ਸੀ ਸੀ ਟੀ ਵੀ ਰਿਕਾਰਡਿੰਗਾਂ ਮੈਂ ਕਢਾ ਲਈਆਂ। ਰਾਤ ਦੋ ਪਰਿਵਾਰਾਂ ਦੇ ਜਗਰਾਉਂ ਤੋਂ ਫੋਨ ਆਏ ਆ, ਕਹਿੰਦੇ ਤੂੰ ਜ਼ਿੰਮੇਵਾਰੀ ਚੱਕ, ਸਾਡੀਆਂ ਕੁੜੀਆਂ ਬਚ ਜਾਣਗੀਆਂ, ਸਾਡੇ ਨਾਲ ਵੀ ਬਾਬੇ ਨੇ ਰੇਪ ਕੀਤਾ, ਪੁਲਿਸ ਸੁਣਦੀ ਨਹੀਂ। ਕਹਿੰਦੇ ਮੈਂ ਜਗਰਾਉਂ ਨਹੀਂ ਜਾ ਸਕਦਾ, ਮੈਨੂੰ ਡਰ ਕੋਈ ਨਹੀਂ, ਪਰ ਉਹਨਾਂ ਦਾ ਨੁਕਸਾਨ ਨਾ ਹੋਵੇ। ਅਸਲ ਦੇ ਵਿੱਚ ਗੱਲ ਇਹ ਆ, ਰੋਣਾ ਡਰ ਕਰਕੇ ਨਹੀਂ ਆ ਰਿਹਾ, ਰੋਣਾ ਇਸ ਕਰਕੇ ਆ ਰਿਹਾ ਵੀ ਸਾਰੇ ਪੰਜਾਬ ਦੇ ਸਿੱਖਾਂ ਨੂੰ ਪਤਾ ਰੇਪ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ। ਇੱਕ ਵੀ ਜਥੇਬੰਦੀ ਅਕਾਲ ਤਖ਼ਤ ਸਾਹਿਬ ਦਾ ਮੁਖੀ ਜਥੇਦਾਰ ਐਸ ਜੀ ਪੀ ਸੀ ਦੇ ਪ੍ਰਧਾਨ, ਹਜੇ ਤੱਕ ਕਿਸੇ ਬੰਦੇ ਨੇ ਸਾਡੀ ਬਾਂਹ ਨਹੀਂ ਫੜੀ। ਸਾਨੂੰ 20 ਦਿਨ ਹੋ ਗਏ ਚਾਜਰਾ ਸੁੱਤਿਆਂ ਨੂੰ। ਸਾਰਾ ਕੁਛ ਦਿੱਤਾ, 12 ਕੰਪਲੇਂਟਾਂ ਦਿੱਤੀਆਂ, 12 ਪਿੰਡਾਂ ਨੇ ਐਸ ਜੀ ਐਸ ਪੀ ਜੀ ਸਮੇਤ ਪੁਲਿਸ ਨੂੰ ਕੰਪਲੇਂਟ ਕੀਤੀ ਆ ਵੀ ਰੇਪ ਹੋਇਆ, ਸਾਬਤ ਕਰ ਦਿੱਤਾ। ਬਾਬੇ ਦੇ 295 ਧਾਰਾ ਲੈ ਕੇ ਪਰਚਾ ਦਰਜ ਕਰੋ, ਅਗਲੇ ਦਿਨ ਸਾਨੂੰ ਆਉਂਦਾ ਤੁਹਾਡੇ ਦੇ ਉੱਤੇ ਨਸ਼ੇ ਦੀਆਂ ਗੋਲੀਆਂ ਪਾ ਦਾਂਗੇ ਜਸਜੋਤ ਡੀ ਐਸ ਪੀ। ਡਰ ਕਿਸੇ ਦਾ ਨਹੀਂ ਬਾਈ, ਰੌਲਾ ਹੁਣ ਮੱਥਾ ਸਰਕਾਰ ਨਾਲ ਅਤੇ ਪ੍ਰਸ਼ਾਸਨ ਨਾਲ ਲੱਗ ਗਿਆ, ਡਰ ਕਿਸੇ ਦਾ ਨਹੀਂ। ਇੰਨਾ ਕੁ ਉਹਨਾਂ ਨੇ ਮਜਬੂਰ ਕਰਤਾ ਵੀ ਇੱਕ ਆਮ ਬੰਦਾ ਇਹ ਸੋਚਦਾ ਵੀ ਮੈਂ ਮਰ ਜਾਵਾਂ, ਮੈਨੂੰ ਡੀ ਐਸ ਪੀ ਨੇ ਇੰਨਾ ਮਜਬੂਰ ਕਰਤਾ ਮਰਨ ਲਈ ਵੀ ਤੇਰੇ 'ਤੇ ਪਰਚੇ ਕਰਾਂਗੇ। ਮੇਰੇ ਪਿਓ ਦਾ ਕਹਿਣਾ ਪੁੱਤ ਠੀਕ ਆ, ਮੌਤ ਕਨਫਰਮ ਆ ਵੀ ਹਰੇਕ ਨੂੰ ਆਉਣੀ ਆ,
ਇੱਥੇ ਜੀਵਤ ਕੋਈ ਨਹੀਂ, ਪਰ ਜੇ ਤੈਨੂੰ ਲੱਗਦਾ ਤੈਨੂੰ ਕੋਈ ਪਰੇਸ਼ਾਨ ਕਰਦਾ ਤਾਂ ਸਾਰੇ ਨਾਲ ਹੀ ਲੈ ਕੇ ਜਾਈ। ਅਤੇ ਮੈਂ ਇਹ ਮੈਂ ਮਿਥਿਆ ਹੋਇਆ ਅਰਦਾਸ ਕੀਤੀ ਮਹਾਰਾਜ ਅੱਗੇ ਵੀ ਜਦੇ ਮੈਨੂੰ ਪਤਾ ਲੱਗ ਗਿਆ ਵੀ ਮੇਰੇ 'ਤੇ ਚੜ੍ਹਾਈ ਕੀਤੀ ਆ ਪੁਲਿਸ ਨੇ, ਬੁੱਤ ਤੋੜਿਆ ਅੰਮ੍ਰਿਤਸਰ ਸਾਹਿਬ ਮੈਂ ਪੇਸ਼ ਹੋਇਆ, ਪ੍ਰੋਡਿਊਸਰ ਕੁੱਟਿਆ ਮੈਂ ਪੇਸ਼ ਹੋਇਆ, ਬਲਾਤਕਾਰ ਕੇਸ 'ਚ ਦਿੱਲੀ ਗਿਆ ਮੈਂ ਪੇਸ਼ ਹੋਇਆ, ਕਰਨਾਟਕਾ 'ਚ ਮੁਸਲਮਾਨ ਕੁੜੀ ਦਾ ਰੇਪ ਹੋਇਆ ਮੈਂ ਪੇਸ਼ ਹੋਇਆ, ਕਲਕੱਤੇ ਦੇ ਵਿੱਚ ਹੁਣ ਅਜੇ ਕੇਸ ਚੱਲ ਰਿਹਾ ਲੜਕੀ ਦਾ ਰੇਪ ਹੋਇਆ ਮਰਡਰ ਹੋਇਆ ਮੈਂ ਉੱਥੇ ਜਾ ਕੇ ਪੇਸ਼ ਹੋਇਆ, ਅਤੇ ਆਹ ਮੈਂ ਘਟਿਆ ਪਰਚੇ ਦੇ ਵਿੱਚ ਕਿਵੇਂ ਭਗੌੜਾ ਹੋ ਜੂੰਗਾ। ਡੀ ਐੱਸ ਪੀ ਸਾਬਤ ਕਰੇ ਮੈਂ ਗਲਤ ਹਾਂ, ਜੇ ਡੀ ਐੱਸ ਪੀ ਬਿਨਾਂ ਪਰੂਫ ਤੋਂ ਮੇਰੇ 'ਤੇ ਚੜ੍ਹਾਈ ਕਰੂਗਾ ਮੈਂ ਤਾਂ ਮਰਨਾ ਹੀ ਮਰਨਾ, ਮੈਂ ਕੋਈ ਨਹੀਂ ਛੱਡਣਾ, ਕਿਉਂਕਿ ਗੱਲ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਏ ਰੇਪ ਦੀ ਆ। ਸਾਡੇ ਦੇ ਕੋਲ 5 ਰਿਕਾਰਡਿੰਗਾਂ ਨੇ, 5 ਦੇ ਵਿੱਚ ਜਸਜੋਤ ਦੇ ਸੁਨੇਹੇ ਆਏ ਆ, ਜਸਜੋਤ ਨੇ ਸਾਨੂੰ ਡਾਇਰੈਕਟ ਨਹੀਂ ਕਿਹਾ, ਉਹ ਇੱਕ ਡੀ ਐੱਸ ਪੀ ਉਹਨੂੰ ਪਤਾ ਵੀ ਉਹ ਬਹੁਤ ਗਾਂਹ ਲੰਘੀ ਹੋਈ ਚੀਜ਼ ਆ, 1/2 ਕਿਲੋ ਸੋਨਾ ਅਤੇ 10 ਲੱਖ ਰੁਪਈਏ ਦੀ ਮੰਗ ਕਰ ਰਹੇ ਆ ਮੇਰੇ ਤੋਂ ਡੀ ਐੱਸ ਪੀ, ਰੋਜ਼ ਮੈਨੂੰ ਕਹਿੰਦਾ। ਅੱਜ ਇਸ ਕਾਨਫਰੰਸ ਨੂੰ ਰੋਕਣ ਵਾਸਤੇ 3 ਫੋਨ ਆਏ ਆ, ਜਿਵੇਂ ਕਹੇਗਾ ਕਰ ਲਾਂਗੇ, ਜੇ ਤੈਨੂੰ ਡੇਰੇ 'ਤੇ ਕਬਜ਼ਾ ਵੀ ਚਾਹੀਦਾ ਕਬਜ਼ਾ ਵੀ ਦਵਾ ਦਾਂਗੇ, ਪਰ ਕਾਨਫਰੰਸ ਨਾ ਕਰੀ। ਬਾਈ ਜੀ ਜਦੋਂ ਮਗਰ ਲੱਗੇ ਹੋ ਨਾ ਸਾਰੇ, ਕਿਤੇ ਨਹੀਂ ਪਹੁੰਚਣ ਦਿੰਦੇਗੇ। ਜਦੋਂ ਲੜਕੀ ਅਤੇ ਲੜਕੀ ਦਾ ਪਰਿਵਾਰ ਕਹਿ ਰਿਹਾ ਹੋਇਆ ਸਾਡੀ ਕੁੜੀ ਖੜੀ 5 ਸਾਲਾਂ ਦੀ, ਸਾਧ ਨੇ ਬਲਾਤਕਾਰ ਕੀਤਾ, ਅਤੇ ਐੱਸ ਐੱਸ ਪੀ ਡੀ ਐੱਸ ਪੀ ਐੱਸ ਐੱਚ ਓ ਇਹ ਕਹਿ ਦੇਵੇ ਥਾਣੇ 'ਚੋਂ ਬਾਹਰ ਨਿਕਲ ਜਾਓ, ਅਸੀਂ ਤੁਹਾਡੀ ਸੁਣਵਾਈ ਨਹੀਂ ਕਰਨੀ, ਹੋਰ ਕਿੱਥੇ ਜਾਵਾਂਗੇ ਬਾਈ। ਨਹੀਂ ਕੋਈ ਨਹੀਂ ਕਰਦਾ ਬਾਈ, ਉਹਨੂੰ ਕਹਿੰਦੇ ਬਕੂਆ ਹੈ ਨਹੀਂ ਗਾ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਆ, ਅਸੀਂ ਇਹਨਾਂ ਪ੍ਰਸ਼ਾਸਨਾਂ ਇਹਨਾਂ ਕਾਨੂੰਨਾਂ ਤੋਂ ਪਰੇ ਹੋ ਕੇ ਚੱਲਦੇ ਹਾਂ, ਅਸੀਂ ਕਿਸੇ ਦਾ ਭਲਾ ਤਾਂ ਕਰ ਸਕਦੇ, ਕਿਸੇ ਦਾ ਨੁਕਸਾਨ ਨਹੀਂ ਕਰਾਂਗੇ। ਇੱਕ ਕੁੜੀ ਆਪਦੇ ਮੂੰਹੋਂ ਕਹਿ ਰਹੀ ਆ ਮੌਕੇ ਦੇ ਅਫਸਰਾਂ ਨੂੰ ਵੀ ਮੇਰਾ ਰੇਪ ਹੋਇਆ, ਅਤੇ ਇੱਕ ਸਿੰਘ ਦੁਬਾਰਾ ਉਹਨੂੰ ਚੱਕ ਚੱਕ ਕੇ ਨਹੀਂ ਤੁਰੂਗਾ ਹੋਰ ਦਰਵਾਜ਼ਿਆਂ ਦੇ ਉੱਤੇ ਵੀ ਸਾਡੀ ਕੁੜੀ ਦੇ ਬਿਆਨ ਲੈਣ। ਇੰਨਾ ਸਮਾਂ ਹੀ ਨਹੀਂ ਦਿੰਦੇ ਬਾਈ ਜੀ, ਉਹਨਾਂ ਨੇ ਜਿਹੜੀ ਕੁੜੀ ਨੇ ਬਿਆਨ 'ਤੇ ਪਰਚਾ ਦਰਜ ਹੋਇਆ ਉਹ ਮਿਸਿੰਗ ਆ, ਪੁਲਿਸ ਜਗਰਾਉਂ ਦੀ ਦੱਸੇ ਕਿੱਥੇ ਆ? ਜੇ ਉਹ ਕਹਿੰਦੀ ਅੰਮ੍ਰਿਤਪਾਲ ਨੇ ਕਿਡਨੈਪ ਕੀਤਾ ਸੀ ਮੈਨੂੰ, ਤਾਂ ਮੇਰੇ ਤੋਂ ਵੀਡੀਓ ਲੈ ਲਓ ਸਾਰੀਆਂ। ਜਗਰਾਉਂ ਦੇ ਵਿੱਚ ਮੀਡੀਆ ਗਿਆ ਸੀ, ਜਗਰਾਉਂ ਦੇ ਵਿੱਚ ਮੀਡੀਆ ਗਿਆ ਸੀ, ਨਾਲੇ ਬਾਈ ਜੀ ਉਹ ਇੱਕ ਨਿੱਜੀ ਕਿਸੇ ਫੈਮਿਲੀ ਦਾ ਮਸਲਾ ਨਹੀਂ ਸੀ, ਉਹ ਜੇ ਆਪਾਂ ਦੋਵੇਂ ਭਰਾ ਵਾਂ ਸਕੇ, ਠੀਕ ਆ, ਆਪਣੀ ਇੱਕ ਸਕੀ ਭੈਣ ਅਤੇ ਸਕਾ ਪਿਓ ਘਰੇ ਆ, ਬਗਾਨਾ ਬੰਦਾ ਘਰੇ ਆ ਕੇ ਸਾਡੇ ਪਿਓ ਨੂੰ ਬੰਨ੍ਹ ਕੇ ਸਾਡੀ ਭੈਣ ਦਾ ਰੇਪ ਕਰੇ, ਤੁਸੀਂ ਮੀਡੀਆ ਡੀਕੋਗੇ? ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ, ਅਸੀਂ ਮੰਨਿਆ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ, ਸਾਡੇ ਪਿਓ ਦੀ ਬੇਅਦਬੀ ਹੋ ਰਹੀ ਆ, ਸਾਡੀਆਂ ਪੰਜਾਬ ਦੀਆਂ ਧੀਆਂ ਦੀ ਬੇਪਤੀ ਹੋ ਰਹੀ ਆ, ਅਤੇ ਅਸੀਂ ਕਿਵੇਂ ਜਰ ਲੈਂਦੇ? ਅਸੀਂ ਮੀਡੀਆ ਇਕੱਠਾ ਕਰਦੇ। ਮੈਂ ਇਹ ਗੱਲ ਅੱਗੇ ਵੀ ਕਹੀ ਸੀ, ਜੇ ਗੱਲਬਾਤ ਇਹ ਕੁੜੀ ਇਕੱਲੀ ਪੁਲਿਸ ਕੋਲ ਲੈ ਕੇ ਆਉਂਦੀ, ਪੁਲਿਸ ਨੇ ਬਾਬੇ 'ਤੇ ਪਰਚਾ ਨਹੀਂ ਕਰਨਾ ਸੀ, ਹੋ ਸਕਦਾ ਪੁਲਿਸ ਪਰਚੇ ਦੇ ਵਿੱਚੋਂ ਬਾਬੇ ਨੂੰ ਬਾਹਰ ਕੱਢੇ ਅਤੇ 5 ਦਿਨਾਂ ਦੇ ਵਿੱਚ। ਕੁਲਵੰਤ ਸਿੰਘ ਸਹੋਤੇ ਨੂੰ ਪੁਲਿਸ ਚੱਕੇ, ਸਿੱਧੀ ਜੀ ਗੱਲ ਆ, ਅਤੇ ਡੀ ਐੱਸ ਪੀ ਜਸਜੋਤ ਸਿੰਘ ਦੀ ਪੁੱਛਗਿੱਛ ਕੀਤੀ ਜਾਵੇ, ਸਾਡੇ ਕੋਲ ਰਿਕਾਰਡਿੰਗ ਆ, ਅਸੀਂ ਉਹ ਹੁਣ ਚਲਾ ਦਿੰਦੇ ਹਾਂ, ਬੰਦਾ ਵੈਰੀਫਾਈ ਕਰਨ ਕੌਣ ਆ ਸਾਨੂੰ ਨਹੀਂ ਪਤਾ। ਉਹਨੇ ਸਾਨੂੰ ਇਹ ਕਿਹਾ ਵੀ 27 ਲੱਖ ਰੁਪਇਆ ਦਿੱਤਾ, 7 ਲੱਖ 'ਚ ਕੁੜੀ ਨਾਲ ਗੱਲ ਹੋਈ ਆ, 2.5 ਲੱਖ ਉਹਨੂੰ ਦੇ ਤਾ, ਬਾਕੀ 4.5 ਰਹਿੰਦਾ, 20 ਲੱਖ ਜਸਜੋਤ ਲੈ ਗਿਆ, ਅਤੇ 1/2 ਕਿਲੋ ਸੋਨਾ ਠਾਠ 'ਤੇ ਹਜੇ ਪਿਆ ਹੋਇਆ, ਉਹ ਇਹਨਾਂ ਨੇ ਚੱਕਣਾ ਵਾ, ਪਰ ਤੈਨੂੰ ਇਹਨਾਂ ਘੜੀਸਣਾ ਹੀ ਘੜੀਸਣਾ, ਜੇ ਉਹ ਰਿਕਾਰਡਿੰਗ ਤੁਹਾਨੂੰ ਮੈਂ ਦਊਂਗਾ ਅਤੇ ਉਹ ਤੁਸੀਂ ਚਲਾ ਦਿਓ, ਸਾਨੂੰ ਕੋਈ ਪਰਵਾਹ ਨਹੀਂ ਕਿਸੇ।
ਜਦੋਂ ਸਾਡੇ ਦੁਸ਼ਮਣ ਹੀ ਹੋ ਗਏ, ਜਦੋਂ ਉਹਨਾਂ ਨੂੰ ਕੁੜੀ ਨੇ ਕਹਿਤਾ ਰੇਪ ਹੋਇਆ, ਉਹਨਾਂ ਨੂੰ ਵੀਡੀਓ ਦੇ ਦਿੱਤੀਆਂ, ਤੇ ਫਿਰ ਸਾਡੇ ਤੇ ਪਹਿਲਾਂ DVR ਲੈ ਲੈਂਦੇ, ਅਸੀਂ ਦੇਣ ਹੀ ਚੱਲੇ ਸੀ, ਸਾਨੂੰ ਕਹਿੰਦੇ ਤੁਹਾਡੇ ਤੇ ਕਿਰਾਇਪਕ ਦਾ ਪਰਚਾ ਪਾਉਣਾ ਤੇ ਲੁੱਟ ਖੋਹ ਦਾ ਪਰਚਾ ਪਾਉਣਾ, ਅਸੀਂ ਪੁਲਿਸ ਦੇ ਮੱਥੇ ਕਿਵੇਂ ਲੱਗ ਜਾਂਦੇ? ਆ ਆ ਮੈਂ ਰਿਕਾਰਡਿੰਗ ਸੁਣਾ ਦਿੰਦਾ, 4 ਮਿੰਟਾਂ ਦੀ ਲਾ ਦਿਓ ਵਿੱਚ। ਹਾਂਜੀ ਦੱਸੋ। ਕੁਲਵੰਤ ਸਿੰਘ ਸੋਤਾ ਦਾ ਮਿੱਤਰ ਆ? ਨਹੀਂ ਨਹੀਂ, ਕੁਲਵੰਤ ਸਿੰਘ ਸੋਤਾ ਦਾ ਹੀ ਮਿੱਤਰ ਆ। ਜਦੋਂ ਕੁਲਵੰਤ ਸਿੰਘ ਸੋਤਾ ਕਿਸੇ ਨਾਲ ਗੱਲ ਕਰਨ ਜਾਂਦਾ ਜਾਂ ਕੋਈ ਡੀਲ ਹੁੰਦੀ ਉਹਦੇ ਨਾਲ ਇਹ ਜਾਂਦਾ, ਇਹ ਕਹਿੰਦਾ ਜਦੋਂ ਜਦੋਂ ਤੈਨੂੰ ਖਤਮ ਕਰਨ ਦੀ ਸਾਜਿਸ਼ ਹੋਈ ਸਾਡੇ ਤੋਂ ਸੁਣੀ ਨਹੀਂ ਗਈ। ਕੁਲਵੰਤ ਸਿੰਘ ਸੋਤਾ ਬਾਬਾ ਬਲਜਿੰਦਰ ਸਿੰਘ ਚਰਨ ਘਾਟਾਲੇ ਦਾ ਸਮਰਥਕ ਆ, ਡੇਰੇ 'ਤੇ ਆਉਂਦਾ ਜਾਂਦਾ ਸੀ, ਜਿਹਨੇ ਰਮਨਦੀਪ ਕੌਰ ਦੇ ਨਾਲ ਡੀਲ ਕੀਤੀ, ਸਾਡੇ ਤੋਂ ਪਾਸੇ ਕਰਾਇਆ, ਉਹਦੇ ਤੋਂ ਹੀ ਲੈ ਕੇ ਪੁਲਿਸ ਵਾਲਿਆਂ ਨੂੰ ਉਹ ਐਪਲੀਕੇਸ਼ਨ ਦੇਣ ਵਾਲਾ ਸੋਹਤਾ ਹੀ ਆ। ਇੱਕ ਮੈਂ ਵੀਡੀਓ ਵਾਇਰਲ ਕੀਤੀ ਸੀ ਬਾਬੇ ਦੇ ਭੋਰੇ ਦੀ, ਉਸ ਪਰਿਵਾਰ ਕੋਲ ਕਰਨ ਆਪ ਕੁਲਵੰਤ ਸਿੰਘ ਸੋਤਾ ਜਾਂਦਾ, DSP ਕੋਲ ਪਰਿਵਾਰ ਨੂੰ ਲੈ ਕੇ ਜਾਂਦੇ ਆ। DSP ਕਹਿੰਦਾ ਤੁਸੀਂ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਖਿਲਾਫ਼ ਦਰਖਾਸਤ ਦਿਓ, ਕਾਰਵਾਈ ਕਰੂੰਗਾ ਮੈਂ। ਚਾਰਾ ਨਹੀਂ ਚੱਲਿਆ, ਆ ਸਹੋਤੇ ਨੂੰ ਪਤਾ ਨਹੀਂ ਕੋਈ ਫੋਨ ਆਇਆ ਜਾਂ ਮੈਸੇਜ ਆਇਆ, ਸਾਨੂੰ ਨਹੀਂ ਪਤਾ ਗਾ, ਪਰ ਇਸੇ ਬੰਦੇ ਨੇ ਕਿਹਾ, ਉਹ ਵੀ ਕਾਲ ਰਿਕਾਰਡਿੰਗ ਆ, ਕਹਿੰਦੇ ਇਹਨੇ ਬਾਹਰੋਂ ਆਸਟ੍ਰੇਲੀਆ ਤੋਂ ਫੋਨ ਲਵਾਇਆ ਅਤੇ ਉੱਥੇ ਕਿਹਾ ਵੀ ਤੇਰਾ ਅਸੀਂ ਨੁਕਸਾਨ ਕਰਾਂਗੇ। DSP ਜਸਜੋਤ ਸਿੰਘ ਨੂੰ ਉਹਨੇ ਦੱਸਿਆ, ਜਸਜੋਤ ਸਿੰਘ ਕਹਿੰਦਾ SSP ਨੂੰ ਤੂੰ ਦਰਖਾਸਤ ਦੇ, ਮਾਰਕ ਕਰਾਊਂਗਾ ਮੈਂ, ਮਹਿਰੋਵਾਲ 'ਤੇ ਪਰਚਾ ਕੱਟ ਕੇ ਉਹਨੂੰ ਮੈਂ ਲੈ ਕੇ ਆਊਂਗਾ। ਜਦੋਂ
ਪਰਸੋਂ ਬਾਬੇ 'ਤੇ ਬਲਾਤਕਾਰ ਦਾ ਰੇਪ ਪਰਚਾ ਹੁੰਦਾ ਵਾ ਮੋਗੇ ਦੇ ਵਿੱਚ। ਮੋਗੇ ਦੀ ਪੁਲਿਸ ਲੜਕੀ ਨੂੰ ਲੈ ਕੇ ਵੈਰੀਫਾਈ ਕਰਨ ਵਾਸਤੇ ਭੋਰਾ ਜਦੋਂ ਆਉਂਦੀ ਆ ਅਤੇ ਮੂਹਰੇ ਨਾਕਾ ਲੱਗਾ ਵਾ ਉੱਥੇ ਡੇਰੇ ਦੇ, ਪੁਲਿਸ ਕਹਿੰਦੀ ਹੈ ਵਿੱਚ ਮਹਿਰੂ ਵਾਲਾ ਬਾਬਾ ਤਾਂ ਨਹੀਂ ਹੈ? ਉਹ ਕਹਿੰਦੇ ਨਹੀਂ। ਉਹ ਕਹਿੰਦੇ ਜੇ ਮਹਿਰੂ ਵਾਲਾ ਬਾਬਾ ਮਿਲੇ ਤਾਂ ਸਾਨੂੰ ਦੱਸਿਓ ਕਿੱਥੇ ਆ। ਇਹ ਸਾਰੀ ਕਹਾਣੀ ਇਹਨਾਂ ਦੀ ਆ, ਕੁਲਵੰਤ ਸਿੰਘ ਸੋਤਾ ਅਤੇ ਜਸਜੋਤ ਸਿੰਘ ਦੀ। ਮੈਂ ਇਹੀ ਕਹਿੰਦਾ ਵੀ ਮੇਰੇ 'ਤੇ ਪ੍ਰੈਸ਼ਰ ਇਸ ਕਿਹੜੀ ਗੱਲ ਦਾ? ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਲਈ ਕੀਤਾ, ਮੈਨੂੰ ਉਹਦੀ ਹਜ਼ੂਰੀ 'ਚ ਲੈ ਜਾਓ। ਜੇ ਮੈਂ ਪਾਟਿਆ ਨੋਟ ਵੀ ਚੱਕਿਆ, ਬਾਬੇ ਦਾ ਤੋਲਾ ਸੋਨਾ ਵੀ ਉੱਥੋਂ ਚੱਕਿਆ, ਪਾਣੀ ਦਾ ਭਰਿਆ ਹੋਇਆ ਗਲਾਸ ਵੀ ਬਾਬੇ ਦੀ ਠਾਠ 'ਚੋਂ ਪੀਤਾ, ਤੁਸੀਂ ਮੇਰੇ ਗੋਲੀ ਮਾਰ ਦਿਓ, ਸਾਡਾ ਪਰਿਵਾਰ ਪਰਚਾ ਨਹੀਂ ਕਰਾਊਗਾ। ਜੇ ਅਕਾਲ ਤਖ਼ਤ ਸਾਹਿਬ ਨੇ 100 ਸਾਲ ਤੋਂ ਬਾਅਦ ਹੁਣ ਤੱਕ ਕਿਸੇ ਨੂੰ ਇਨਸਾਫ ਦਿੱਤਾ ਤਾਂ ਦੱਸੋ ਅਸੀਂ ਜਾਈਏ। ਉਹ ਤਾਂ ਪਹਿਲਾਂ ਦੀਆਂ ਗੱਲਾਂ ਹੋਣਗੀਆਂ, ਤਾਂ ਹੁਣ ਨਹੀਂ ਨਾ, ਹੁਣ ਸਾਰਾ ਕੁਛ ਪਤਾ ਲੱਗ ਗਿਆ। ਜਿਹੜਾ ਗਰੇਵਾਲ ਆ ਉੱਥੇ ਐਸ ਜੀ ਪੀ ਸੀ ਦਾ ਮੈਂਬਰ ਆ ਜਗਰਾਓ ਤੋਂ, ਉਹਨੂੰ ਰਿਪੋਰਟ ਦਿੱਤੀ ਸਾਰੀ, ਉਹਨਾਂ ਨੇ ਕਿਉਂ ਨਹੀਂ ਦਿੱਤੀ? ਮਹਾਰਾਜ ਜਿਹੜੀਆਂ ਲਗਾ ਹੁਣਾਂ ਦੀਆਂ ਸਜ਼ਾ, ਉਹਨਾਂ ਦੇ ਮੱਥੇ ਦੇ ਵਿੱਚ ਗੋਲੀ ਵੱਜਣੀ ਚਾਹੀਦੀ ਆ। ਜੇ ਅਕਾਲ ਤਖ਼ਤ ਸਾਹਿਬ 'ਤੇ ਬੈਠਾ ਜਥੇਦਾਰ ਅੰਨਾ ਬੋਲਾ 'ਤੇ ਅਸੀਂ ਜਾਵਾਂਗੇ। ਜੇ ਸਾਡਾ ਪਿਓ ਆ ਅਕਾਲ ਸਾਹਿਬ ਦਾ ਜਥੇਦਾਰ, ਭਾਵੇਂ ਉੱਥੇ ਕਿਹੜਾ ਵੀ ਬੰਦਾ ਬੈਠਾ, ਸਿੱਖਾਂ ਦਾ ਪਿਓ ਹੋਇਆ ਉਹ, ਜੇ ਸਾਡੇ ਪਿਓ ਨੂੰ ਇਹ ਨਹੀਂ ਪਤਾ ਵੀ ਸਾਡੀਆਂ ਧੀਆਂ ਦੀ ਪੱਤ ਲੁੱਟੀ ਜਾ ਰਹੀ ਆ, ਸਾਡੇ ਬੱਚਿਆਂ ਦਾ ਘਾਣ ਕਰਨ ਨੂੰ ਪੁਲਿਸ ਤੁਰੀ ਫਿਰਦੀ ਆ, ਉਹ ਹਜੇ ਤੱਕ ਨਾ ਮੋਗੇ ਆਇਆ ਨਾ ਜਗਰਾਓਂ ਆਇਆ, ਉਹ ਫਿਰ ਕਿੱਥੇ ਆ? ਅਸੀਂ ਵਾਰ ਵਾਰ ਪਿਓ ਨੂੰ ਆਪਦੇ ਨੂੰ ਕਿਉਂ ਦੱਸਗੇ ਵੀ ਅਸੀਂ ਉਹਦੀ ਲਾਦ ਆ? ਪਰਿਵਾਰਕ ਮੈਂਬਰ ਦਾ ਉਹਨਾਂ ਦੇ, ਉਹਦੀ ਭੈਣ ਵਿਆਹੀ ਹੋਈ ਆ ਦਿੱਲੀ, ਉਹਦੇ ਜੀਜੇ ਨਾਲ ਗੱਲ ਹੋਈ ਸੀ, ਕਹਿੰਦੀ ਕਹਿੰਦਾ ਬਾਬਾ ਜੀ ਅਸੀਂ ਤੁਹਾਡੇ ਨਾਲ ਹਾਂ, ਪਰ ਜਦੋਂ ਸਾਨੂੰ ਪਤਾ ਲੱਗਾ ਵੀ ਸਾਡੀ ਕੁੜੀ ਨੇ ਸਰੀਰਕ ਸੰਬੰਧ ਬਣਾਏ ਹੋਏ ਸੀ 2 ਸਾਲ, ਸਾਨੂੰ ਦੱਸਿਆ ਨਹੀਂ ਅਤੇ ਅਸੀਂ ਉਹਨੂੰ ਬੁਲਾਉਂਦੇ ਨਹੀਂ ਹੈ। ਅਤੇ ਸਾਨੂੰ ਇਹ ਵੀ ਇਹਨਾਂ ਬੰਦਿਆਂ ਨੇ ਦੱਸਿਆ ਵੀ ਰਮਨਦੀਪ ਕੌਰ ਨੂੰ ਸਿਮ ਵੀ ਪੁਲਿਸ ਨੇ ਲੈ ਕੇ ਦਿੱਤਾ ਵੀ ਜੇ ਮਹਿਰੂ ਵਾਲੇ ਦਾ ਕੋਈ ਫੋਨ ਮੈਸੇਜ ਆਇਆ ਤਾਂ ਸਾਨੂੰ ਦੱਸਿਓ। ਕਿਵੇਂ ਉਹਨਾਂ ਤੱਕ ਪਹੁੰਚ ਕਰਕੇ ਮੇਨ ਸਾਡੀ ਡਿਮਾਂਡ ਇਹ ਆ ਵੀ ਉੱਥੋਂ ਦੇ ਸਾਰੇ ਹੀ ਅਫਸਰ ਬਦਲੀ ਕਰਕੇ ਦੀ ਛਾਣਬੀਣ ਕੀਤੀ ਜਾਵੇ, ਰਮਨਦੀਪ ਕੌਰ ਨੂੰ ਕੈਮਰੇ ਦੇ ਸਾਹਮਣੇ ਲਿਆਂਦਾ ਜਾਵੇ। ਜੇ ਮੈਂ ਉਹਨੂੰ ਕਿਡਨੈਪ ਕੀਤਾ, ਮੇਰੇ 'ਤੇ ਕਿਡਨੈਪਿੰਗ ਦਾ ਪਰਚਾ ਹੋਵੇ, ਨਹੀਂ ਮੈਂ ਪ੍ਰੂਫ ਦਿੱਤੇ ਆ ਵੀ ਉਹ ਆਪ ਆਈ ਸੀ ਅਤੇ ਜਿਵੇਂ ਜਿਵੇਂ ਉਹਨੇ ਕਿਹਾ ਉਵੇਂ ਕਾਰਵਾਈ ਹੋਈ ਆ ਅਤੇ ਅਸੀਂ ਪੁਲਿਸ ਨੂੰ ਦੱਸਿਆ ਵਾ। ਜੇ ਰਮਨਦੀਪ ਕੌਰ ਨਹੀਂ ਗਈ ਤਾਂ ਫਿਰ ਉਹਦੀ ਛਾਣਬੀਣ ਹੋਣੀ ਚਾਹੀਦੀ, ਉਹ ਕਿੱਥੇ ਆ? ਜੇ ਉਹ ਮੁੱਕਰੀ ਆ ਤਾਂ ਕਿਉਂ ਮੁੱਕਰੀ ਆ? ਜੇ ਉਹਨੇ ਸਾਡੇ ਕਹਿਣ 'ਤੇ ਪਰਚਾ ਕਰਾਇਆ ਤਾਂ ਉਹ ਕਿਉਂ ਕਰਵਾਇਆ? ਅਤੇ ਪੁਲਿਸ ਰਮਨਦੀਪ ਜੇ ਬਾਬੇ ਨਾਲ ਸਹਿਮਤ ਆ ਅਤੇ ਉਹਦੇ 'ਤੇ 295 ਲੱਗੇ, ਬਾਬੇ ਦਾ ਡੇਰਾ ਸੀਲ ਹੋਵੇ, ਬਾਬੇ 'ਤੇ ਜਗਰਾਓਂ ਵਾਲਾ ਕੇਸ ਆ ਜਿਹੜਾ ਚੱਲਦਾ ਰਹਿਣਾ ਚਾਹੀਦਾ, ਅਤੇ ਪੁਲਿਸ ਦਾ ਕੋਈ ਤਕੜਾ ਅਫਸਰ ਸਾਨੂੰ ਆ ਕੇ ਪਿੰਡ ਮਿਲੇ, ਅਸੀਂ ਬਾਣਾ ਪਾਇਆ ਹੋਇਆ, ਅਸੀਂ ਕਿਸੇ ਦਰ 'ਤੇ ਨਹੀਂ ਜਾਣਾ, ਚਾਹੇ ਪੰਜਾਬ ਦਾ DGP ਹੋਵੇ ਅਤੇ ਉਹ ਕਵੇ ਮੈਨੂੰ ਸਬੂਤ ਦੇ ਅਤੇ ਮੈਂ ਸਬੂਤ ਪੇਸ਼ ਕਰੂੰਗਾ। 6 ਰੇਪ ਦੇ ਪਰਚੇ ਬਾਬੇ 'ਤੇ ਹੁੰਦੇ ਆ, ਡੇਰਾ ਸੀਲ ਹੋਵੇ, 3 ਬਾਬਿਆਂ ਦੇ ਅਸੀਂ ਹੋਰ ਡਿਟੇਲ ਦੇ ਦਾਂਗੇ, ਉਹਨਾਂ ਨੂੰ ਚੱਕੇ, ਇੱਕ ਕੁੜੀ ਨੂੰ ਜਗਰਾਓਂ ਤੋਂ ਚੱਕ ਕੇ ਠਾਠ ਦੇ ਵਿੱਚ 2 ਸਾਧਾਂ ਵੱਲੋਂ ਰੇਪ ਕੀਤਾ ਗਿਆ। ਇਹ ਬਾਬਾ ਅਤੇ ਇੱਕ ਦੂਜਾ ਸੀ ਉਹਦਾ ਨਾਂ ਤਾਂ ਨਹੀਂ ਲੈਣਾ, ਉਹ ਹਜੇ ਤੱਕ ਭੱਜਿਆ ਹੋਇਆ, ਅਸੀਂ ਉਹਨੂੰ ਡੀਕਦੇ ਹਾਂ, ਅਤੇ ਉਹਨਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ, ਅਤੇ ਪੁਲਿਸ ਕਰਦੀ ਕਿਉਂ ਨਹੀਂ? ਨਾਨਕ ਸਰ ਠਾਠ ਦੇ 3 ਮੁਖੀ ਆ ਮੌਜੂਦਾ, ਬਾਬਾ ਘਾਲਾ, ਬਾਬਾ ਲੱਖਾ ਅਤੇ ਬਾਬਾ ਗੁਰਜੀਤ ਸਿੰਘ ਜੀ। ਇਹਨਾਂ ਦੇ ਮੂੰਹੋਂ ਹਜੇ ਤੱਕ ਇੱਕ ਵੀ ਬਿਆਨ ਨਹੀਂ ਨਿਕਲਿਆ। ਇਹਨਾਂ ਨੂੰ ਬਾਬੇ ਲੱਖੇ ਨੂੰ, ਬਾਬੇ ਘਾਲੇ ਨੂੰ, ਉਹ ਵੱਡੇ ਨੇ ਉੱਥੋਂ ਦੇ ਅਤੇ ਉੱਥੇ ਚਾਹੀਦਾ। ਮੈਂ ਇਹ ਕਹਿੰਦਾ ਵੀ ਮੇਰੇ ਸਾਹਮਣੇ ਆਉਣ, ਮੈਨੂੰ ਸੱਦਣ, ਮੈਂ ਆਪਦੇ ਸਿੰਘਾਂ ਦੇ ਨਾਲ ਵਿਦ ਆਪਣੇ ਲਾਇਸੈਂਸੀ ਵੈਪਲ ਜਾਂ ਸਿਕਿਉਰਿਟੀ ਦੇ ਵਿੱਚ ਪੇਸ਼ ਹੋਊਂਗਾ, ਅਤੇ ਉਹ ਜਵਾਬ ਦੇਣ ਇਸ ਗੱਲ ਦਾ ਵੀ ਉਹਨੇ ਨਾਨਕ ਸਰ ਠਾਠ ਕਿਉਂ ਲਿਖਿਆ ਸੀ। ਤੁਹਾਡੇ ਕੋਲ ਕਾਫੀ ਰਿਕਾਰਡ
ਨੇ ਅੰਕੜੇ ਕਹਿ ਦਈਏ ਵੀ ਇਹੋ ਜਿਹੇ ਨੇ ਜਿਹੜੇ ਰੇਪ ਦੇ ਨੇ ਪਹਿਲਾਂ ਇੱਕ ਆ ਉਹਦੇ ਵਿੱਚ ਸਾਨੂੰ ਲੱਗਾ ਇਹਨਾਂ ਦੀ ਸਹਿਮਤੀ ਆ ਪਰ ਅਸੀਂ ਮਰਿਆਦਾ ਤਹਿਤ ਸਜ਼ਾ ਦੇਵਾਂਗੇ ਫਿਰ ਦੂਜਾ ਆ ਫਿਰ ਥਾਣੇ ਖੜੇ ਹੀ ਫੋਨ ਆਉਂਦਾ ਤੀਜਾ ਆਉਂਦਾ ਫਿਰ ਇੱਕ ਹੋਰ ਆ ਗਿਆ ਉਹ ਕੁੜੀ ਆਈਲੈਟਸ ਕਰਕੇ ਉਹਦਾ ਵਿਆਹ ਹੋ ਗਿਆ ਕਹਿੰਦੀ ਮੈਂ ਬੋਲ ਨਹੀਂ ਸਕਦੀ ਚੌਥਾ ਆ ਫਿਰ ਦੋ ਕੁੜੀਆਂ ਦੇ ਫੋਨ ਹੋਰ ਆਏ ਉਹਨਾਂ ਨੇ ਆਪਦੀ ਆਈਡੈਂਟੀ ਨਹੀਂ ਦਿੱਤੀ ਰਾਤ ਇੱਕ ਕੁੜੀ ਦਾ ਫੋਨ ਹੋਰ ਆਇਆ ਤਾਂ ਉਹਨੇ ਕਿਹਾ ਵੀ ਬਾਬਾ ਜੀ ਦੱਸਿਓ ਨਾ ਮੇਰੀ ਸਹੇਲੀ ਨਾਲ ਵੀ ਉਹਨਾਂ ਨੇ ਇੱਕ ਵਾਰੀ ਕੀਤਾ ਸੀਗਾ ਅਸੀਂ ਸਲਾਹ ਕਰ ਲੈਂਦੇ ਜੇ ਤੁਸੀਂ ਸਾਨੂੰ ਸਿਕਿਉਰਿਟੀ ਦਵਾ ਦੋਗੇ ਤਾਂ ਅਸੀਂ ਬਿਆਨ ਦੇਣ ਲਈ ਤਿਆਰ 8 9 ਤਾਂ ਜਿਹੜੇ ਸਾਹਮਣੇ ਆਏ ਉਹ ਆ ਜਿਹੜਾ ਤੁਸੀਂ ਲੜਕੇ ਦਾ ਕਿਹਾ ਕਿ ਹੋਟਲ 'ਚ ਲੈ ਗਏ ਸੀ 4 ਘੰਟੇ ਰੱਖਿਆ ਹਾਂਜੀ ਉਦੋਂ ਬਾਅਦ ਜਿੱਥੇ ਉਹਨੂੰ ਲੈ ਕੇ ਜਾਣ ਸੀ ਲੈ ਗਿਆ ਤੇ ਬਾਅਦ 'ਚ ਵੀ ਸੰਪਰਕ ਦੇ ਵਿੱਚ ਰਿਹਾ ਜਦੋਂ ਉਹਦੀਆਂ ਵੀਡੀਓ ਬਣਾ ਲਈਆਂ ਉਹਦੇ ਨਾਲ ਡੀਲ ਕੀਤੀ ਇਹਨੇ ਬਾਅਦ 'ਚ ਵੀ ਸੰਪਰਕ 'ਚ ਬਾਅਦ 'ਚ ਹੁਣ ਤੱਕ ਆਉਂਦਾ ਰਿਹਾ 8ਵੇਂ ਮਹੀਨੇ ਦੀ 24 25 26 27 28 29 30 31 ਤਰੀਕ 8 ਦਿਨ ਬਣਦੇ ਆ 8ਾਂ ਦਿਨਾਂ ਦੀਆਂ ਉਹ ਕੁੜੀ ਨੂੰ ਭੋਰੇ ਚਲੇ ਜਾਂਦੇ ਦੀਆਂ ਸਾਡੇ ਤੋਂ ਵੀਡੀਓ ਲੈ ਲਓ ਮੈਰੋ ਜੀ ਜਜ਼ਬਾਤ ਆਪਣੀ ਜਗ੍ਹਾ ਨੇ ਕਾਨੂੰਨ ਆਪਣੀ ਜਗ੍ਹਾ ਏ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਨਾ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣਾ ਨਾ ਉੱਥੇ ਜਾ ਕੇ ਤੁਸੀਂ ਨਾ ਤੁਸੀਂ ਡੀਜੀਪੀ ਦੇ ਕੋਲ ਜਿਹੜਾ ਜਾਣਾ ਹੈ ਫਿਰ ਕਿਵੇਂ ਹੋਏਗਾ ਮਾਮਲਾ ਨਹੀਂ ਅਸੀਂ ਜਦੋਂ ਮੌਜੂਦਾ ਸਾਨੂੰ ਜਿਹੜੇ ਅਫਸਰ ਨੇ ਉਹ ਉਹਨਾਂ ਨੇ ਕਹਿਤਾ ਤੇ ਫਿਰ ਡੀਜੀਪੀ ਵੀ ਤਾਂ ਪੰਜਾਬ ਪੁਲਿਸ ਦਾ ਹੀ ਆ ਦੂਜੀ ਗੱਲ ਰਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਮੇਰਾ ਐਕਸੀਡੈਂਟ ਹੋ ਗਿਆ ਮੋਗੇ ਮੇਰਾ ਪਿਓ ਘਰੇ ਬੈਠਾ ਤੇ ਉਹਨੂੰ ਫੋਨ ਉੱਠ ਗਿਆ ਵੀ ਐਕਸੀਡੈਂਟ ਹੋ ਗਿਆ ਮੇਰਾ ਪਿਓ ਮੇਰੇ ਕੋਲ ਚੱਲ ਕੇ ਆਊਗਾ ਕਿ ਮੈਂ ਲੱਤ ਵੱਢੀ ਹੋਈ ਲੈ ਕੇ ਘਰੇ ਜਾਵਾਂ ਸਾਡੀਆਂ ਭੈਣਾਂ ਉਹਨਾਂ ਦੀ ਪੱਤ ਲੁੱਟੀ ਗਈ ਆ ਤੇ ਸਾਡਾ ਅਕਾਲ ਤਖਤ ਜਥੇਦਾਰ ਪਿਓ ਆ ਤੇ ਉਹਨਾਂ ਨੂੰ ਆਉਣਾ ਚਾਹੀਦਾ ਜਗਰਾਉਂ ਜਾ ਮੋਗੇ ਅਸੀਂ ਕਾਹ ਤੋਂ ਦਈਏ ਬਾਈ ਅਸੀਂ ਪੁਲਿਸ ਨੂੰ ਦਿੱਤੀ ਆ ਦਰਖਾਸਤ ਕਾਲ ਤਖ਼ਤ ਤੇ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਬਾਈ ਜੀ ਇਹੀ ਗੱਲ ਤਾਂ ਸਮਝ ਨਹੀਂ ਆਉਂਦੀ ਜਿਹੜੀ ਗੱਲ ਦਾ ਨਹੀਂ ਪਤਾ ਉਹ ਲਿਖਤੀ ਸ਼ਿਕਾਇਤ ਦੇਵਾਂਗੇ ਜਿਹੜੀ ਸਾਹਮਣੇ ਹੀ ਪਈ ਆ ਦਿਸੀ ਜਾਂਦਾ ਗਾ ਹੁਣ ਬੰਦਾ ਬੈਠਾ ਉਹਦੀ ਧੀ ਦੀ ਕੋਈ ਇੱਜ਼ਤ ਲੁੱਟ ਰਿਹਾ ਤੇ ਉਹ ਬੈਠਾ ਐਂ ਬੈਠਾ ਉਹ ਵੀ ਮੇਰੀ ਧੀ ਕਹੂਗੀ ਮੇਰਾ ਰੇਪ ਹੋ ਰਿਹਾ ਤੇ ਮੈਂ ਉੱਠੂੰਗਾ ਨਹੀਂ ਮੈਂ ਉੱਠਣਾ ਨਹੀਂ ਇਹ ਕਿੱਥੋਂ ਦਾ ਸੰਵਿਧਾਨ ਆ ਇਹ ਸਿੱਖਾਂ ਦੀ ਨਸਲ ਕੁਸ਼ੀ ਹੋਈ ਆ ਇਹ ਸਿੱਖਾਂ ਦੇ ਸਿਧਾਂਤਾਂ ਦੀ ਗੱਲ ਆ ਜੇ 8 ਕੁੜੀਆਂ ਦੀ ਪੱਤ ਲੁੱਟੀ ਗਈ ਹੋਵੇ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇੱਕ ਮੁਖੀ ਵੱਲੋਂ ਤੇ ਹਜੇ ਵੀ ਕਾਲ ਤਖ਼ਤ ਸਾਹਿਬ ਦਾ ਮੁਖੀ ਲੈਟਰ ਮੰਗਦਾ ਹੋਵੇ ਤੇ ਉਹ ਫਿਰ ਸਾਡਾ ਮੁਖੀ ਨਹੀਂ ਹੋ ਸਕਦਾ ਉਹ ਹੋਰ ਕੁੜੀ ਸੀ ਉਹਦੇ ਭਰਾ ਦਾ ਸੁਨੇਹਾ ਭੇਜਿਆ ਸੀ ਇਹਨਾਂ ਨੇ ਕੁਲਵੰਤ ਸਿੰਘ ਸੋਤੇ ਹੋਣਾ ਨੇ ਵੀ ਉਹ ਕਹਿੰਦੇ ਸਾਡੀ ਸਹਿਮਤੀ ਆ ਉਹ ਫੇਕ ਸੁਨੇਹਾ ਭੇਜਿਆ ਸੀ ਉਦੋਂ ਅਸੀਂ ਦੁਬਧਾ ਦੇ ਵਿੱਚ ਸੀ ਤੇ ਅਸੀਂ ਉਹਵੇਂ ਪਬਲਿਸ਼ ਕਰਤਾ ਤੇ ਉਹ ਲਾਪਤਾ ਹਜੇ ਭਰਾ ਕੁੜੀ ਦਾ ਪੁਲਿਸ ਦੱਸੇ ਉਹ ਕੁੜੀ ਦਾ ਭਰਾ ਬਾਬੇ ਦਾ ਡਰਾਈਵਰ ਕਿੱਥੇ ਆ ਪੁਲਿਸ ਛਾਣਬੀਨ ਕਰੇ ਵੱਡੇ ਲੈਵਲ 'ਤੇ ਸਿੱਖਾਂ ਦੀ ਹੋਂਦ ਦਾ ਸਿੱਖਾਂ ਦੀ ਪਵਿੱਤਰਤਾ ਦਾ ਸੰਵਿਧਾਨ ਦਾ ਮਸਲਾ ਧੀਆਂ ਦੀ ਇੱਜ਼ਤ ਲੁੱਟੀ ਗਈ ਆ ਉਹਦੇ ਵਿੱਚ ਦਵਿੰਦਰ ਸਿੰਘ ਬਾਬੇ ਦਾ ਗੜਬਈ ਜੋ ਚੰਨਣ ਵਾਲਾ ਬਰਨਾਲੇ ਦਾ ਰਹਿਣ ਵਾਲਾ ਵਾ ਹਰਜੀਤ ਸਿੰਘ ਜਿਹੜਾ ਕਿੰਗਡਮ ਹੋਟਲ 'ਚ ਬਾਬੇ ਦੇ ਨਾਲ ਗਿਆ ਸੀਗਾ ਬਾਬਾ ਕੁਲਵੰਤ ਸਿੰਘ ਸੋਤਾ ਇੱਕ ਜਗਰਾਉਂ ਤੋਂ ਉਹਦਾ ਨਾਮ ਅਮਰਤਪਾਲ ਸਿੰਘ ਆ ਉਹ ਉਹਦੇ ਕੇਸਾਧਾਰੀ ਸੀਗਾ ਅਤੇ ਜਿੱਦੇ ਬਾਬੇ ਦੇ ਛਿੱਤਰ ਮਾਰਤੇ ਉਹਦੇ ਕਲੀਨ ਸ਼ੇਪ ਹੋ ਗਿਆ ਪਾਸੇ ਹੋਇਆ ਵਿਆ ਇਹਨਾਂ ਬੰਦਿਆਂ ਨੂੰ ਜਾ ਕੇ ਵੈਰੀਫਾਈ ਕੀਤਾ ਜਾਵੇ ਜਿਹੜੀ ਗੱਲ ਰਹੀ ਸਾਡੇ ਕਾਨੂੰਨ ਤੋੜਨ ਦੀ ਜੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਲੱਗਦਾ ਵੀ ਸਿੱਖ ਬਾਣਾ ਪਾ ਕੇ ਆਪਦੇ ਸਿਧਾਂਤਾਂ ਲਈ ਨਹੀਂ ਲੜ ਸਕਦੇ ਤਾਂ ਸਾਡੇ ਉੱਤੇ ਪਰਚਾ ਦਰਜ ਕੀਤਾ ਜਾਵੇ ਬਾਬੇ ਨੂੰ ਕੁੱਟਮਾਰ ਕਰਨ ਦਾ ਬਾਬੇ ਦਾ ਉੱਥੋਂ ਡੀ ਵੀ ਆਰ ਚੱਕਣ ਦਾ ਅਤੇ ਅਸੀਂ ਉਹ ਪਰਚਾ ਲੈਣ ਲਈ ਤਿਆਰ ਹਾਂ ਸਾਡੀ ਚਾਹੇ ਉਹ ਜਿੰਨੀ ਮਰਜ਼ੀ ਇੰਟੈਰੋਗੇਟ ਕਰਨ ਡੀ ਵੀ ਆਰ ਨਹਿਰ 'ਚ ਸਾਈਡ 'ਤੇ ਹੈ ਨਹੀਂ ਪਰ ਮੰਨਾਂਗੇ ਸਾਡੇ ਕੋਲ ਸੀ ਬਾਬਾ ਕੁੱਟਿਆ ਅਤੇ ਕੁੱਟਿਆ ਅਤੇ ਕੁੱਟਿਆ ਅਤੇ ਪੁਲਿਸ ਵਾਹ ਲਾ ਲਵੇ ਜੇ ਬਾਬਾ ਬਾਹਰ ਆਉਂਦਾ ਤਾਂ ਉਹਨੂੰ ਅਸੀਂ ਗੱਡੀ ਚਾੜਾਂਗੇ ਸਾਡੇ ਗੁਰੂ ਦਾ ਮਸਲਾ ਸਾਡੀਆਂ ਧੀਆਂ ਦਾ ਮਸਲਾ ਪੰਜਾਬ ਦਾ ਮਸਲਾ ਸਾਨੂੰ ਸਾਡਾ ਸਿੱਖਾਂ ਨੂੰ ਰਾਜ ਮਿਲੇ ਨਾ ਮਿਲੇ ਪਰ ਅਸੀਂ ਆਪਦੇ ਸਿੱਖਾਂ ਦੇ ਕਾਨੂੰਨ ਪੰਜਾਬ 'ਤੇ ਲਾਗੂ ਰੱਖਾਂਗੇ ਚਾਹੇ ਪ੍ਰਸ਼ਾਸਨ ਆ ਜਾਵੇ ਚਾਹੇ ਮੌਕੇ ਦੀ ਸਰਕਾਰ ਆ ਜਾਵੇ ਅਤੇ ਚਾਹੇ ਕੋਈ ਸਾਧ ਆ ਜਾਵੇ
ਸਾਨੂੰ ਕਿਸੇ ਦਾ ਡਰ ਨਹੀਂ ਹੈਗਾ। ਜੇ ਬਾਣਾ ਪਾਲਿਆ ਤਾਂ ਬਾਣਾ ਪਾਲਿਆ ਅਤੇ ਹੁਣ ਤਾਂ ਸਿਰ ਧੜਦੀ ਲੱਗੂਗੀ, ਜਾਂ ਤਾਂ ਸਿੱਧੇ ਹੋ ਕੇ ਸਰਕਾਰ ਚੱਲੇ, ਅਤੇ ਜੇ ਇਹਨਾਂ ਨੇ ਵਿੰਗ ਫੈਬਾਲ ਕਰਨੇ ਆ। ਮੈਂ ਇਸ ਮੀਡੀਆ ਰਾਹੀਂ ਆਪਦੀ ਜਥੇਬੰਦੀ ਦੇ ਸਿੰਘ, ਉਹ ਇੰਡੀਆ ਦੇ ਕਿਸੇ ਸਟੇਟ ਦੇ ਵਿੱਚ ਬੈਠੇ ਆ, ਉਹ ਭਗੌੜਾ ਨੇ, ਉਹ ਕਿਸੇ ਉਹ ਤਿਹਾੜ ਜੇਲ੍ਹ 'ਚ ਨੇ, ਉਹ ਪੰਜਾਬ ਜੀ ਜਾਂ ਦੁਨੀਆ ਦੀ ਕਿਸੇ ਜੇਲ੍ਹ 'ਚ ਬੈਠੇ ਨੇ, ਮੇਰੇ ਮਿੱਤਰ ਨੇ ਚਾਹੇ ਇੰਡੀਆ ਤੋਂ ਬਾਹਰ ਨੇ, ਉਹਨਾਂ ਨੂੰ ਸੁਨੇਹਾ, ਜੇ ਇਸ ਕੇਸ ਨੂੰ ਲੈ ਕੇ, ਡੇਰਾਵਾਦ ਨੂੰ ਲੈ ਕੇ ਸਾਡੇ ਕਿਸੇ ਵੀ ਇਸ ਕੇਸ ਦੇ ਵਿੱਚ ਸਿੰਘ ਨਾਲ ਵਧੀਕੀ ਹੁੰਦੀ ਆ, ਤੁਹਾਨੂੰ ਮੇਰੇ ਕੋਲੋਂ ਖੁੱਲ੍ਹੀ ਛੁੱਟੀ ਆ ਵੀ ਜੋ ਹੁੰਦਾ ਪੰਜਾਬ ਦੇ ਵਿੱਚ ਪ੍ਰਸ਼ਾਸਨ ਨਾਲ, ਗੌਰਮੈਂਟ ਨਾਲ ਕਰ ਦਿਓ, ਮੇਰਾ ਸੁਨੇਹਾ ਨਾ ਉਡੀਕਿਓ। ਇਹ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਮਸਲਾ, ਧੀਆਂ ਦੀ ਲੁੱਟੀ ਇੱਜ਼ਤ ਦਾ ਮਸਲਾ, ਜੋ ਹੁੰਦਾ ਕਰ ਦਿਓ। ਤੁਹਾਡੇ ਮਨ ਦੇ ਵਿੱਚ ਇੱਕ ਵੀ ਮੰਤਰ ਆਵੇ ਵੀ ਸਾਡਾ ਮਨ ਕਰਦਾ ਵੀ ਹੁਣ ਆਹ ਖੇਡ ਪੰਜਾਬ ਦੇ ਵਿੱਚ ਖੇਡਣੀ ਆ, ਉਹ ਚਾਹੇ ਕੋਈ ਵੀ ਹੋਵੇ ਤੁਸੀਂ ਖੇਡ ਲਿਓ, ਅਸੀਂ ਮੈਂ ਹਮੇਸ਼ਾ ਨਾਲ ਰਹੂੰਗਾ। ਮੈਂ ਪਿਛਲੇ ਜਨਮ 'ਚ ਵੀ ਸਿੱਖਾਂ ਦਾ ਸੀ, ਹੁਣ ਵੀ ਆ ਅਤੇ ਅੱਗੇ ਵੀ ਰਹੂੰਗਾ। ਵਾਹਿਗੁਰੂ।